नमस्कार, सत श्री अकाल, अदाब दोस्तों। मैं हाँ मनीष बयाला, तुसी देख रहे हो प्रोग्राम प्राइम टाइम चर्चा। तुहानू पता है कि कोरोना वायरस का कहर जिहड़ा दुनिया भर दे विच अपने पैर पसार चुका है। तकरीबन 185 तो वध मुल्क जिहड़े ने इस दी गिरफ्त दे विच ने, ते दुनिया कई जगह ते लामबंद हो रही है कि असी इस दे नाल लड़ना किस तरीके नाल, ते कई जगह ते लोग नफरत दी भाषा दा वी इस वेले वरतों कर रहे ने कि दूसरे नू इस वेले नीवा किस तरीके नाल दिखाउणा है। ਅਸੀਂ ਅੱਜ ਇਹ ਵੀ ਗੱਲ ਕਰਾਂਗੇ ਕਿ ਜਿਸ ਤਰੀਕੇ ਨਾਲ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਦੇ ਵਸਾਏ ਹੋਏ ਇਸ ਸਮਾਜ ਦੇ ਲੋਕ ਕਿਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਇਸ ਵੇਲੇ ਲੰਗਰ ਲਗਾ ਕੇ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰ ਰਹੇ ਨੇ। ਅੱਜ ਲੋਕ ਉਹਨਾਂ ਨੂੰ ਕਿਸ ਤਰੀਕੇ ਨਾਲ ਪਿਆਰ ਦੀਆਂ ਅੱਖਾਂ ਦੇ ਨਾਲ ਵੇਖ ਰਹੇ ਨੇ, ਕਿਸ ਤਰੀਕੇ ਨਾਲ ਉਹਨਾਂ ਨੂੰ ਹੀ ਪ੍ਰਸ਼ੰਸਾ ਕਰ ਰਹੇ ਨੇ, ਅਤੇ ਦੂਸਰੇ ਪਾਸੇ ਉਹ ਵੀ ਲੋਕ ਨੇ ਜਿਹੜੇ ਇਸੇ ਹੀ ਪੰਜਾਬ ਦੇ ਨਾਲ ਬਹੁਤ ਵਾਸਤਾ ਰੱਖਦੇ ਨੇ, ਪਰ ਜਦੋਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਨਫ਼ਰਤ ਭਰਿਆ ਸਲੂਕ ਕੀਤਾ ਜਾਂਦਾ। ਇਹ ਆਪਣੇ ਆਪ 'ਚ ਬੜਾ ਸੋਚਣ ਵਾਲਾ ਹੈ, ਬੜਾ ਵੇਖਣ ਵਾਲਾ ਹੈ ਕਿ ਇਹ ਸਭ ਕੁਝ ਕਿਉਂ ਵਰਤ ਰਿਹਾ ਹੈ, ਕਿਸ ਤਰੀਕੇ ਦੇ ਨਾਲ ਹੈ। ਭਾਰਤ ਜਿਹੜਾ 21ਵੀਂ ਸਦੀ ਦੇ ਵਿੱਚ ਅਸੀਂ ਕਹਿ ਰਹੇ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਨ ਦਾ ਇਸ ਵੇਲੇ ਦਮ ਭਰਦਾ ਹੈ, ਉੱਥੇ ਹੀ ਜਗ੍ਹਾ ਦੇ ਉੱਤੇ ਅੱਜ ਦੇ ਮਾਹੌਲ ਦੇ ਵਿੱਚ ਨਫ਼ਰਤ ਦੇ ਬੋਲਬਾਲਾ ਕਿਉਂ ਵੱਧ ਰਿਹਾ, ਕਿਉਂ ਲੋਕ ਇੱਕ ਦੂਜੇ ਨੂੰ ਅੱਜ ਨੀਵਾਂ ਦਿਖਾ ਰਹੇ ਨੇ। ਇਸ ਦੇ ਉੱਤੇ ਵੀ ਅੱਜ ਇਸ ਖਾਸ ਲਾਈਵ ਸ਼ੋਅ ਦੇ ਵਿੱਚ ਗੱਲ ਕਰਾਂਗੇ। ਜਦੋਂ ਕੋਵਿਡ-19 ਦੀ ਗੱਲ ਹੋਵੇ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਅੰਕੜੇ ਤੁਹਾਡੇ ਨਾਲ ਸਾਂਝੇ ਜ਼ਰੂਰ ਕਰੀਏ, ਭਾਵੇਂ ਅੰਕੜੇ ਡਰਾਉਣੇ ਨੇ, ਪਰ ਅਸੀਂ ਤੁਹਾਨੂੰ ਇਸ ਮੰਚ ਦੇ ਉੱਤੋਂ ਵਾਰ ਵਾਰ ਬੇਨਤੀ ਕਰਦੇ ਹਾਂ, ਆਪਣੀ ਹਿੰਮਤ ਨੂੰ ਨਾ ਹਾਰਨ ਦਿਓ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ, ਤੁਹਾਡੇ ਦੋਸਤ ਮਿੱਤਰਾਂ ਦੇ ਵਿੱਚੋਂ ਕੋਈ ਇਸ ਮਹਾਂਮਾਰੀ ਦੀ ਚਪੇਟ ਦੇ ਵਿੱਚ ਆਇਆ ਤਾਂ ਅੱਜ ਉਹਦਾ ਹੌਸਲਾ ਜ਼ਰੂਰ ਬਣਿਓ, ਉਸ ਨੂੰ ਇਹ ਜ਼ਰੂਰ ਵਚਨ ਦਿਓ ਕਿ ਤੂੰ ਬਚ ਜਾਣਾ, ਕਿਉਂਕਿ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਲੋਕ ਇਸ ਮਹਾਂਮਾਰੀ ਦੀ ਗ੍ਰਿਫਤ ਦੇ ਵਿੱਚ ਆਏ ਨੇ, ਉਹਨਾਂ ਦੇ ਵਿੱਚੋਂ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਇਹ ਜੰਗ ਜਿੱਤ ਕੇ ਆਪਣੇ ਪਰਿਵਾਰਾਂ ਦੇ ਵਿੱਚ ਵਾਪਸ ਵੀ ਪਰਤੇ ਨੇ। ਸੋ ਹਿੰਮਤ ਕਿਸੇ ਦੀ ਅੱਜ ਦੀ ਤਰੀਕ ਦੇ ਵਿੱਚ ਹਾਰਨ ਨਹੀਂ ਦੇਣੀ, ਬਚਾਅ ਦੇ ਵਿੱਚ ਬਚਾਅ ਕਰਨਾ, ਜੇ ਜ਼ਰੂਰਤ ਨਹੀਂ ਹੈ ਘਰੋਂ ਬਾਹਰ ਨਹੀਂ ਨਿਕਲਣਾ। ਸਮਾਜ ਦਾ ਇਸ ਵੇਲੇ ਭਲਾ ਕਰਨ ਦੀ ਲੋੜ ਹੈ, ਸਰਕਾਰਾਂ ਦੀ ਇਸ ਵੇਲੇ ਸਹਾਇਤਾ ਕਰਨ ਦੀ ਲੋੜ ਹੈ, ਤੁਹਾਨੂੰ ਕੋਈ ਆਪਣੇ ਵੱਲੋਂ ਕੁਝ ਮਾਇਆ ਦੇਣ ਦੀ ਲੋੜ ਨਹੀਂ ਹੈਗੀ, ਪਰ ਤੁਹਾਨੂੰ ਆਪਣੇ ਕਦਮ ਰੋਕਣ ਦੀ ਲੋੜ ਹੈ ਤਾਂ ਜੋ ਤੁਹਾਡਾ ਪ੍ਰਸ਼ਾਸਨ ਜਿਹੜਾ ਸਹੀ ਤਰੀਕੇ ਨਾਲ ਕਾਰਵਾਈ ਅੱਗੇ ਵਧਾ ਸਕੇ। ਦੁਨੀਆ ਭਰ ਦੇ ਵਿੱਚ ਇਸ ਵੇਲੇ 16,04,009 ਲੋਕ ਜਿਹੜੇ ਨੇ ਉਹ ਇਸ ਕੋਰੋਨਾ ਵਾਇਰਸ ਦੇ ਵਿੱਚ ਜਿਹੜੇ ਨੇ ਉਹ ਗ੍ਰਿਫਤ ਆ ਚੁੱਕੇ ਹੋਏ ਨੇ। ਇਹ ਆਪਣੇ ਆਪ 'ਚ ਵੇਖਣ ਵਾਲਾ ਹੈ, ਜਿਸ ਤਰੀਕੇ ਨਾਲ ਅੰਕੜਾ ਜਿਹੜਾ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੱਲ੍ਹ 24 ਘੰਟਿਆਂ ਦੇ ਵਿੱਚ ਹੁਣ ਤੱਕ 81,204 ਨਵੇਂ ਲੋਕ ਜਿਹੜੇ ਨੇ ਇਸ ਮਹਾਂਮਾਰੀ ਦੀ ਚਪੇਟ ਦੇ ਵਿੱਚ ਆਏ ਨੇ। ਸੋ ਅੰਕੜੇ ਲਗਾਤਾਰ ਵੱਧ ਰਹੇ ਨੇ। ਹੁਣ ਤੱਕ ਦੁਨੀਆ ਭਰ ਦੇ ਵਿੱਚ 95,515 ਲੋਕਾਂ ਦੀ ਮੌਤ ਜਿਹੜੀ ਹੈ ਇਸ ਵਾਇਰਸ ਦੇ ਨਾਲ ਹੋ ਚੁੱਕੀ ਹੋਈ ਹੈ, ਪਰ ਤਕਰੀਬਨ 355,721 ਲੋਕ ਜਿਹੜੇ ਨੇ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਵੀ ਪਰਤ ਚੁੱਕੇ ਨੇ। ਇਹ ਆਪਣੇ ਆਪ 'ਚ ਇਸ ਜੰਗ ਨੂੰ ਜਿੱਤਣ ਵਾਸਤੇ ਸਭ ਤੋਂ ਵੱਡਾ ਹੌਸਲਾ ਹੈਗਾ। 95,000 ਲੋਕਾਂ ਦੀ ਮੌਤ ਹੋਈ ਹੈ ਤਾਂ 355,721 ਲੋਕ ਜਿਹੜੇ ਨੇ ਉਹ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਵੀ ਵਾਪਸ ਪਰਤੇ ਨੇ। ਅਸੀਂ ਇੱਥੇ ਬੇਨਤੀ ਕਰਦੇ ਹਾਂ ਦੁਨੀਆ ਭਰ ਦੇ ਵਿੱਚ ਵੱਸਦੇ ਲੋਕ, ਜਿਨ੍ਹਾਂ ਦੇ ਪਰਿਵਾਰ ਵਾਲੇ, ਜਿਨ੍ਹਾਂ ਦੇ ਚਾਹਣ ਵਾਲੇ ਇਸ ਵੇਲੇ ਅਮਰੀਕਾ ਦੇ ਵਿੱਚ ਵੱਸਦੇ ਨੇ, ਅਰਦਾਸਾਂ ਕਰੋ ਅਮਰੀਕਾ ਵਾਸੀਆਂ ਦੇ ਲਈ, ਅਰਦਾਸਾਂ ਕਰੋ ਨਿਊਯਾਰਕ ਵਾਸੀਆਂ ਦੇ ਲਈ, ਕਿਉਂਕਿ ਉੱਥੇ ਹਾਲਾਤ ਜਿਹੜੇ ਨੇ ਗੰਭੀਰ ਨੇ। ਅਮਰੀਕਾ ਭਰ ਦੇ ਵਿੱਚ ਇਸ ਵੇਲੇ 4,65,844 ਜਿਹੜੇ ਲੋਕ ਨੇ ਇਸ ਮਹਾਂਮਾਰੀ ਦੀ ਚਪੇਟ 'ਚ ਨੇ। ਕੱਲ੍ਹ ਦੇ 24 ਘੰਟਿਆਂ ਦੇ ਵਿੱਚ 31,064 ਲੋਕ ਜਿਹੜੇ ਨੇ ਨਵੇਂ ਇਸ ਮਹਾਂਮਾਰੀ ਦੀ ਚਪੇਟ ਦੇ ਵਿੱਚ ਆਏ ਨੇ। ਸੋ ਅਮਰੀਕਾ ਭਰ ਦੇ ਵਿੱਚ ਹੁਣ ਤੱਕ 16,512 ਲੋਕਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ। ਸਭ ਤੋਂ ਵੱਡਾ ਕਹਿਰ ਜਿਹੜਾ ਇਸ ਵੇਲੇ ਨਿਊਯਾਰਕ ਸਟੇਟ ਦੇ ਵਿੱਚ ਹੈਗਾ, ਅਤੇ ਨਿਊਯਾਰਕ ਸਟੇਟ ਦੇ ਵਿੱਚੋਂ ਸਭ ਤੋਂ ਵੱਡਾ ਕਹਿਰ ਜਿਹੜਾ ਇਸ ਮਹਾਂਮਾਰੀ ਨੇ ਉਹ ਨਿਊਯਾਰਕ ਸਿਟੀ ਦੇ ਵਿੱਚ ਜਿਹੜਾ ਉਹ ਮਚਾਇਆ ਹੋਇਆ। ਇੱਥੇ ਸਭ ਤੋਂ ਵੱਧ ਜਿਹੜੀਆਂ ਨੇ ਮੌਤਾਂ ਹੋ ਰਹੀਆਂ ਨੇ। ਸੋ ਇਸ ਵੇਲੇ ਜਿੰਨੇ ਵੀ ਨਿਊਯਾਰਕ ਵਾਸੀ ਨੇ ਜਾਂ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਰਹਿੰਦੇ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਜਿੰਨਾ ਵੀ ਹੋ ਸਕਦਾ, ਬਹੁਤ ਨੁਕਸਾਨ ਹੋ ਚੁੱਕਾ ਹੈ, ਆਪਣੇ ਕਦਮਾਂ ਨੂੰ ਆਪਣੇ ਘਰ ਦੇ ਵਿੱਚ ਹੀ ਲੌਕ ਕਰਕੇ ਰੱਖੋ, ਕਿਉਂਕਿ ਬਾਹਰ ਜਿਹੜੀ ਹੈ ਇਸ ਵੇਲੇ ਮੌਤ ਨੱਚਦੀ ਪਈ ਹੈ।
ਅਸੀਂ ਸਰਕਾਰਾਂ ਦੀ ਮਦਦ ਕਰਨੀ ਹੈ, ਕਿਉਂਕਿ ਸਰਕਾਰਾਂ ਬਾਰ ਬਾਰ ਬੇਨਤੀਆਂ ਕਰ ਰਹੀਆਂ ਨੇ ਕਿ ਘਰਾਂ ਤੋਂ ਵਿੱਚੋਂ ਬਾਹਰ ਨਾ ਨਿਕਲੋ, ਹਰ ਪਾਸੇ ਜਿਹੜਾ ਹਾਲਾਤ ਖਰਾਬ ਨੇ। ਸੋ ਇਸ ਤਰੀਕੇ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਬਾਹਰ ਕੁਛ ਤਮਾਸ਼ਾ ਵੇਖਣ ਜਾਓ ਅਤੇ ਖੁਦ ਆਪਣੇ ਘਰ ਦੇ ਵਿੱਚ ਬਿਮਾਰੀ ਜਿਹੜੀ ਉਹ ਲੈ ਕੇ ਆਓ। ਇਸ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰੋ। ਸੋ ਅਰਦਾਸਾਂ ਜਿੱਥੇ ਅਸੀਂ ਕਰ ਰਹੇ ਹਾਂ ਉੱਥੇ ਗੁਰੂ ਨਾਨਕ ਦੇ ਵਰਸਾਏ ਹੋਏ ਇਸ ਵੰਸ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਸੇਵਾਵਾਂ ਵੀ ਕਰ ਰਹੇ ਨੇ, ਲਗਾਤਾਰ ਦੁਨੀਆ ਭਰ ਦੇ ਵਿੱਚ ਲੰਗਰ ਲਾ ਕੇ ਇਸ ਵੇਲੇ ਭੁੱਖਿਆਂ ਦੇ ਮੂੰਹ ਦੇ ਵਿੱਚ ਨਵਾਲੇ ਪਾ ਰਹੇ ਨੇ ਤਾਂ ਜੋ ਕੋਈ ਭੁੱਖਾ ਨਾ ਸੋਵੇ। ਅੱਜ ਕੈਨੇਡਾ ਦੀ ਵੀ ਗੱਲ ਕਰਨੀ ਬੜੀ ਜ਼ਰੂਰੀ ਹੈ। ਕੈਨੇਡਾ ਵਾਲੇ ਵੀ ਕਦੇ ਕਦੇ ਗੁੱਸਾ ਕਰ ਜਾਂਦੇ ਨੇ ਕਿ ਅਸੀਂ ਉਹਨਾਂ ਦੇ ਅੰਕੜੇ ਜਿਹੜੇ ਨੇ ਉਹ ਸਾਂਝੇ ਨਹੀਂ ਕਰਦੇ। ਤੁਹਾਡੇ ਕੰਟਰੀ ਦੇ ਉੱਤੇ, ਤੁਹਾਡੇ ਲੋਕਾਂ ਦੇ ਉੱਤੇ ਰੱਬ ਦੀ ਅਜੇ ਮਿਹਰ ਹੈਗੀ ਹੈ, ਉਸ ਮਿਹਰ ਨੂੰ ਬਣਾਏ ਰੱਖੋ। ਕੈਨੇਡਾ ਭਰ ਦੇ ਵਿੱਚ 20,703 ਲੋਕ ਜਿਹੜੇ ਨੇ ਇਸ ਮਹਾਂਮਾਰੀ ਦੀ ਚਪੇਟ 'ਚ ਨੇ, 504 ਲੋਕਾਂ ਦੀ ਮੌਤ ਹੋਈ ਹੈ। ਜਿਸ ਤਰੀਕੇ ਨਾਲ ਕੈਨੇਡਾ ਦੀ ਸਰਕਾਰ ਨੇ ਅਹਿਤਿਆਤਨ ਤੌਰ 'ਤੇ ਕਦਮ ਚੁੱਕੇ ਨੇ, ਉਹ ਪ੍ਰਸ਼ੰਸਾ ਦੇ ਪਾਤਰ ਨੇ। ਜਿਸ ਤਰੀਕੇ ਨਾਲ ਉਹਨਾਂ ਨੇ ਅਕਲਮੰਦੀ ਦਿਖਾਈ ਹੈ, ਉਹ ਆਪਣੇ ਆਪ 'ਚ ਪ੍ਰਸ਼ੰਸਾ ਦੇ ਪਾਤਰ ਨੇ। ਸਾਡੇ ਇੱਥੇ ਵੀ ਅਜੇ ਜਿਹੜਾ ਸੱਤਾਧਾਰੀ ਧਿਰ ਹੈਗਾ, ਵਿਰੋਧੀ ਧਿਰ ਹੈਗਾ, ਆਪਸ ਦੇ ਵਿੱਚ ਰਾਜਨੀਤਿਕ ਲੜਾਈ ਲੜ ਰਿਹਾ। ਕੋਈ ਕਹਿੰਦਾ ਇਹ ਹੋਣ ਦੇਣਾ, ਕੋਈ ਕਹਿੰਦਾ ਅਸੀਂ ਨਹੀਂ ਹੋਣ ਦੇਣਾ। ਸ਼ਾਇਦ ਇਹਨਾਂ ਨੂੰ ਭਾਰਤ ਵਾਲੀ ਰਾਜਨੀਤੀ ਦੀ ਆਦਤ ਜਿਹੜੀ ਹੈ ਅਮਰੀਕਾ ਦੇ ਵਿੱਚ ਪੈ ਰਹੀ ਹੈ, ਜਿਹੜੀ ਖਤਰਨਾਕ ਹੈ। ਅਸੀਂ ਇਸ ਮੰਚ ਦੇ ਵਿੱਚੋਂ ਇੱਕ ਪਹਿਲੇ ਦਿਨ ਇੱਕ ਵਾਜ ਚੁੱਕੀ ਸੀ, ਜਦੋਂ ਫਿਰੋਜ਼ਪੁਰ ਦੇ ਵਿੱਚ, ਖਾਸ ਤੌਰ 'ਤੇ ਪੰਜਾਬ ਦੀ ਮੈਂ ਗੱਲ ਕਰ ਰਿਹਾ, ਜਦੋਂ ਪਹਿਲੀ ਕਰੋਨਾ ਵਾਇਰਸ ਨਾਲ ਹੋਈ ਡੈਥ ਤੋਂ ਬਾਅਦ ਲੋਕਾਂ ਨੇ ਇੱਕ ਮ੍ਰਿਤਕ ਦੀ ਜਿਹੜੀ ਹੈ ਅੰਤਿਮ ਸੰਸਕਾਰ ਕਰਨ ਤੋਂ ਮਨ੍ਹਾ ਕਰ ਦਿੱਤੀ ਸੀ। 4 ਸ਼ਮਸ਼ਾਨ ਘਾਟਾਂ ਦੇ ਵਿੱਚ ਉਸ ਦੀ ਲਾਸ਼ ਨੂੰ ਜਿਹੜਾ ਸੀ ਇੱਧਰ ਉੱਧਰ ਭੇਜਿਆ ਗਿਆ ਸੀ। ਉਸ ਤੋਂ ਬਾਅਦ ਭਾਈ ਨਿਰਮਲ ਸਿੰਘ ਜੀ ਦੀ ਅੰਤਿਮ ਦੇਹ ਦੇ ਨਾਲ ਉਹ ਕੁਛ ਵਾਪਰਿਆ। ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਇਆ। ਪਰ ਅਸੀਂ ਫਿਰ ਕਹਿੰਦੇ, ਅਸੀਂ ਬਾਰ ਬਾਰ ਮੰਗ ਕਰ ਰਹੇ ਸੀ ਕਿ ਦੁਨੀਆ ਭਰ ਦੇ ਵਿੱਚੋਂ ਮੰਗ ਆ ਰਹੀ ਹੈ ਕਿ ਪੰਜਾਬੀ ਦੁਨੀਆ ਭਰ ਦੇ ਵਿੱਚ ਆਪਣੇ ਜਜ਼ਬੇ ਦੇ ਕਰਕੇ, ਆਪਣੇ ਖੁੱਲ੍ਹੇ ਦਿਲ ਦੇ ਕਰਕੇ ਜਾਣੇ ਜਾਂਦੇ ਨੇ, ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੂੰ ਬਦਨਾਮ ਨਾ ਕਰੋ। ਪਰ ਉੱਥੋਂ ਦੇ ਪ੍ਰਸ਼ਾਸਨ ਨੇ ਸੁਰ ਨਹੀਂ ਲਈ। ਲਗਾਤਾਰ ਜਿਹੜੀਆਂ ਡੈੱਡ ਬੋਡੀਆਂ ਨੇ ਉਹਨਾਂ ਦਾ ਨਰਾਦਰ ਜਿਹੜਾ ਪੰਜਾਬ ਦੇ ਵਿੱਚ ਹੁੰਦਾ ਰਿਹਾ। ਪਰ ਅਸੀਂ ਧੰਨਵਾਦੀ ਹਾਂ ਜਲੰਧਰ ਪੁਲਿਸ ਦੇ, ਜਿਨ੍ਹਾਂ ਨੇ ਹੁਣ ਇਸ ਕਾਰਵਾਈ ਨੂੰ ਰੋਕਣ ਦੇ ਲਈ ਇੱਕ ਸਖ਼ਤ ਕਦਮ ਚੁੱਕਿਆ। ਅਤੇ ਕੱਲ੍ਹ ਜਿਹੜਾ ਅੰਤਿਮ ਸੰਸਕਾਰ ਦੇ ਲਈ ਇੱਕ ਡੈੱਡ ਬੋਡੀ ਲਿਆਂਦੀ ਗਈ ਸੀ, ਜਦੋਂ ਉੱਥੋਂ ਦੇ ਲੋਕਲ ਲੋਕਾਂ ਨੇ ਉੱਥੇ ਪ੍ਰੋਟੈਸਟ ਕੀਤਾ ਤਾਂ ਪੁਲਿਸ ਨੇ ਸਖ਼ਤ ਰੂਪ ਦਿਖਾਇਆ ਅਤੇ 60 ਲੋਕਾਂ ਦੇ ਖਿਲਾਫ ਜਿਹੜਾ ਉੱਥੇ ਮਾਮਲਾ ਦਰਜ ਕੀਤਾ। ਇਹ ਆਪਣੇ ਆਪ 'ਚ ਸਖ਼ਤ ਕਾਰਵਾਈ ਹੈਗੀ ਹੈ, ਜਿਹਦੇ ਨਾਲ ਪੰਜਾਬ ਦੇ ਉਹਨਾਂ ਲੋਕਾਂ ਨੂੰ ਨਕੇਲ ਪਵੇਗੀ ਜਿਹੜੇ ਲਗਾਤਾਰ ਲੋਕਾਂ ਦੇ ਨਾਲ ਨਫ਼ਰਤ ਕਰ ਰਹੇ ਨੇ ਅਤੇ ਅਖੀਰਲੀ ਘੜੀਆਂ ਦੇ ਵਿੱਚ ਪਰਿਵਾਰਾਂ ਦੇ ਦੁੱਖ ਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਦੀ ਸਰਕਾਰ ਨੇ ਵੀ ਅੱਜ ਚੰਗੇ ਕਦਮ ਜਿਹੜੇ ਨੇ ਉਹ ਚੁੱਕੇ ਨੇ, ਭਾਵੇਂ ਲਗਾਤਾਰ ਹੁਣ ਤੱਕ ਉਹਨਾਂ ਦੀ ਨਲਾਇਕੀ ਜਿਹੜੀ ਹੈ ਉਹ ਸਾਹਮਣੇ ਆਈ ਹੈ। ਪਰ ਪੰਜਾਬ ਦੇ ਦੋ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ, ਸਰਪੰਚ ਚਿੰਤਾਮਣੀ ਦੇ ਮੋਹਨ ਸਿੰਘ, ਜਿਨ੍ਹਾਂ ਦਾ ਕਰੋਨਾ ਵਾਇਰਸ ਦੇ ਕਰਕੇ ਮੌਤ ਹੋਈ ਸੀ, ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਆਪ ਉਹਨਾਂ ਨੇ ਜਾ ਕੇ ਹਾਜ਼ਰੀ ਭਰੀ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਸੰਸਕਾਰ ਕਰਨ ਦੇ ਨਾਲ ਉੱਥੋਂ ਦੇ ਇਲਾਕੇ ਦੇ ਵਿੱਚ ਕੋਈ ਵੀ ਕੀਟਾਣੂ ਨਹੀਂ ਫੈਲਦੇ। ਸੋ ਇਹ ਆਪਣੇ ਆਪ 'ਚ ਇੱਕ ਚੰਗੀ ਪਹਿਲ ਕਦਮੀ ਹੈਗੀ ਹੈ, ਸਾਨੂੰ ਇਸ ਦੀ ਪ੍ਰਸ਼ੰਸਾ ਵੀ ਜਿਹੜੀ ਕਰਨੀ ਚਾਹੀਦੀ ਹੈ। ਇਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ, ਉਹਨਾਂ ਦੇ ਵੱਲੋਂ ਪਹਿਲਾਂ ਇੱਕ PM ਨੈਸ਼ਨਲ ਰਿਲੀਫ ਫੰਡ ਹੁੰਦਾ ਸੀ, ਜ਼ਰੂਰ ਮੈਂ ਇੱਥੇ ਦੱਸਣਾ ਚਾਹੁੰਦਾ ਕਿਉਂਕਿ ਆਪ ਸਾਡੇ ਨਾਲ ਅੱਜ ਬਹੁਤ ਸਾਰੇ ਜਿਹੜੇ ਨੇ ਕਾਲਰ ਵੀ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਵੀ ਜਦੋਂ ਤੁਹਾਡੇ ਨਾਲ ਜਿਹੜਾ ਉਹ ਸਾਹਮਣੇ ਲਿਆਵਾਂਗੇ। ਪਰ ਇੱਥੇ ਦੋ ਜਿਹੜੇ ਫੈਕਟ ਨੇ ਅੱਜ ਉਹਨਾਂ ਨੂੰ ਵੀ ਤੁਹਾਡੇ ਸਾਹਮਣੇ ਕਰਨਾ ਜਿਹੜਾ ਬੜਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ ਫੰਡ ਜਿਹੜਾ ਪਹਿਲਾਂ ਹੁੰਦਾ ਸੀ, ਜਿਹੜੇ ਤੱਕ ਹੁਣ ਤੱਕ ਹਰ ਇੱਕ ਪ੍ਰਧਾਨ ਮੰਤਰੀ ਵੱਲੋਂ ਹਮੇਸ਼ਾ ਇਹ ਤਹੱਈਆ ਕੀਤਾ ਜਾਂਦਾ ਸੀ, ਮੰਗ ਕੀਤੀ ਜਾਂਦੀ ਸੀ ਕਿ ਜਿਹੜਾ ਨਾ ਵੀ ਲੋਕਾਂ ਨੇ ਮਦਦ ਕਰਨੀ ਹੈ ਪਲੀਜ਼ ਇਸ ਦੇ ਵਿੱਚ ਕਰੋ। ਪਰ ਸਾਡੇ ਅੱਜ ਦੇ ਜਿਹੜੇ ਨਰਿੰਦਰ ਮੋਦੀ ਹੋਣੀ ਜਿਹੜੇ ਪ੍ਰਧਾਨ ਮੰਤਰੀ ਨੇ ਮੌਜੂਦਾ, ਉਹ ਹਰ ਕੋਈ ਚੀਜ਼ ਨੂੰ ਜਿਹੜਾ ਉਹਨਾਂ ਦਾ ਨਵਾਂ ਨਾਮ ਬਦਲਣ ਦੀ ਕੋਸ਼ਿਸ਼ ਕਰਦੇ ਨੇ। ਸੋ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ PM ਕੇਅਰਸ ਨਾਮ ਦਾ ਇੱਕ ਫੰਡ ਜਿਹੜਾ ਸੀ ਉਹ ਤਿਆਰ ਕੀਤਾ ਸੀ। ਇਸ ਟਰੱਸਟ ਦਾ ਉਹਨਾਂ ਨੇ ਇੰਗਲਿਸ਼ ਨਾਮਕਰਨ ਕੀਤਾ ਸੀ, ਉਹ ਵੀ ਕੁਬੇਰ ਦੇ ਖਾਨੇ ਵਾਂਗੂ ਬਿਲਕੁਲ ਭਰਿਆ ਜੀ। ਜਿਸ ਤਰ੍ਹਾਂ ਕੁਬੇਰ ਦੇ ਖਜ਼ਾਨੇ ਦੇ ਵਿੱਚ ਲਗਾਤਾਰ ਮਾਇਆ ਆਉਂਦੀ, ਇਸੇ ਤਰੀਕੇ ਨਾਲ ਬਹੁਤ ਵੱਡੀ ਮਾਇਆ ਆਈ ਹੈ। ਤਕਰੀਬਨ ਦੱਸਿਆ ਜਾ ਰਿਹਾ, ਭਾਵੇਂ ਆਫੀਸ਼ੀਅਲੀ ਕੁਛ ਕਲੀਅਰ ਨਹੀਂ ਹੋਇਆ, 4,500 ਕਰੋੜ ਤੋਂ ਵੱਧ ਜਿਹੜਾ ਹੁਣ ਤੱਕ ਲੋਕਾਂ ਨੇ ਉਹਦੇ ਵਿੱਚ ਦਾਨ ਦਿੱਤਾ ਹੋਇਆ। ਸੋ ਭਾਰਤ ਦੀ ਸਰਕਾਰ ਨੇ 7,700 ਕਰੋੜ ਰੁਪਈਆ ਜਿਹੜਾ ਵੱਖ ਵੱਖ ਸੂਬਿਆਂ ਅਤੇ ਜਿਹੜੀਆਂ ਯੂਨੀਅਨ ਟੈਰੇਟਰੀ ਨੇ ਉਹਨਾਂ ਨੂੰ ਭੇਜਿਆ, ਜਿਹਦੇ ਵਿੱਚੋਂ ਸਾਨੂੰ ਉਮੀਦ ਲੱਗਦੀ ਹੈ ਕਿ ਪੰਜਾਬ ਨੂੰ ਵੀ ਜਿਹੜਾ 200 ਕਰੋੜ ਰੁਪਈਆ ਆਵੇਗਾ। ਅਤੇ ਪੰਜਾਬ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਖਜ਼ਾਨਾ ਖਾਲੀ ਹੈ, ਸਾਨੂੰ ਫੰਡ ਚਾਹੀਦੇ ਨੇ, ਅਸੀਂ ਸਮਾਨ ਇੰਤਜ਼ਾਮ ਕਰਨਾ, ਹੋ ਸਕਦਾ ਕਿ ਉਹ 200 ਕਰੋੜ ਰੁਪਈਏ ਨਾਲ ਪੰਜਾਬ ਦੀ ਸਰਕਾਰ ਜਿਹੜੀ ਹੈ ਕੁਛ ਨਾ ਕੁਛ ਸਹੂਲਤਾਂ ਜਿਹੜੀਆਂ ਨੇ ਉਹ ਇਕੱਠੀਆਂ ਕਰ ਸਕੇ।
ਲੇਕਿਨ ਅੱਜ ਦਾ ਜਿਹੜਾ ਸਾਡਾ ਮੁੱਦਾ ਹੈਗਾ ਉਹ ਮੁੱਦਾ ਜਿਹੜਾ ਜਿਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਗੁਰੂ ਨਾਨਕ ਦੇ ਵੱਲੋਂ ਚਲਾਏ ਹੋਏ ਲੰਗਰ ਨੂੰ ਦੁਨੀਆ ਭਰ ਦੇ ਵਿੱਚ ਲਾ ਕੇ ਬਿਨਾਂ ਕਿਸੇ ਜਾਤ ਪਾਤ ਦੇ ਭੇਦਭਾਵ ਦੇ ਬਿਨਾਂ ਕਿਸੇ ਰੰਗ ਨਸਲ ਦੇ ਭੇਦਭਾਵ ਦੇ ਦੁਨੀਆ ਭਰ ਦੇ ਵਿੱਚ ਲੰਗਰ ਵਰਤਾ ਰਹੇ ਨੇ। ਪੰਜਾਬ ਦੇ ਵਿੱਚ ਵੀ ਲੋਕ ਜਿਹੜੇ ਨੇ ਵੱਖ ਵੱਖ ਐਨਆਰਆਈਜ਼ ਹੋ ਗਏ, ਸਰਕਾਰਾਂ ਹੋ ਗਈਆਂ, ਹਰ ਕੋਈ ਵਰਗ ਜਿਹੜਾ NGO ਉਹ ਵੀ ਲੰਗਰ ਲਾ ਕੇ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਜਿਹੜੇ ਪੰਜਾਬ ਦੇ ਜੰਪਲ ਨੇ, ਖਾਸ ਤੌਰ 'ਤੇ ਟਰੱਕ ਡਰਾਈਵਰ, ਉਹਨਾਂ ਨੂੰ ਪੰਜਾਬ ਦੀਆਂ ਤੋਂ ਜਦੋਂ ਬਾਹਰਲੀ ਸਟੇਟ ਦੇ ਵਿੱਚ ਜਾਂਦੇ ਨੇ ਉੱਥੇ ਨਫ਼ਰਤਾਂ ਬਹੁਤ ਹੋ ਰਹੀਆਂ ਨੇ, ਉੱਥੇ ਲੋਕ ਉਹਨਾਂ ਨੂੰ ਲੰਗਰ ਜਿਹੜਾ ਉਹ ਨਹੀਂ ਦਿੰਦੇ। ਉੱਥੇ ਜਿਹੜਾ ਪਾਣੀ ਪੀਉਣ ਵਾਲੀਆਂ ਟੈਂਕੀਆਂ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਇਹ ਕਿਉਂ ਹੋ ਰਿਹਾ? ਬਹੁਤ ਸਾਰੇ ਪੰਜਾਬੀ ਟਰੱਕ ਡਰਾਈਵਰ ਜਿਹੜੇ ਨੇ ਉਹ ਵੀ ਗੁੱਸੇ ਦੇ ਵਿੱਚ ਨੇ, ਉਹ ਇਸ ਤਰੀਕੇ ਦਾ ਸੁਨੇਹਾ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਨੌਨ ਪੰਜਾਬੀ ਵੱਸਦੇ ਨੇ ਉਹਨਾਂ ਨੂੰ ਵੀ ਤੁਸੀਂ ਜਿਹੜੀ ਇੱਥੇ ਮਾਲੀ ਸਹਾਇਤਾ ਦਿੰਦੇ ਹੋ ਜਾਂ ਰਾਸ਼ਨ ਪਾਣੀ ਦਿੰਦੇ ਹੋ ਉਹ ਬੰਦ ਕਰੋ। ਅਸੀਂ ਇਸ ਨਫ਼ਰਤ ਦੇ ਹਮਾਇਤੀ ਨਹੀਂ ਹੈ, ਪਰ ਅਸੀਂ ਇੱਥੋਂ ਇਸ ਮੰਚ ਦੇ ਉੱਤੋਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ। ਜੇ ਮੁੱਖ ਮੰਤਰੀ ਸਾਡੇ ਕੈਪਟਨ ਅਮਰਿੰਦਰ ਸਿੰਘ ਹੋਣੀ ਇਹ ਕਹਿੰਦੇ ਨੇ ਕਿ ਮੈਨੂੰ ਦੂਸਰੀ ਸਟੇਟ ਦੇ ਮੁੱਖ ਮੰਤਰੀ ਦਾ ਸੁਨੇਹਾ ਆਇਆ ਸੀ ਕਿ ਸਾਡੇ ਲੋਕ ਜਿਹੜੇ ਤੁਹਾਡੇ ਪੰਜਾਬ 'ਚ ਨੇ ਉਹਨਾਂ ਦਾ ਖਿਆਲ ਰੱਖੋ, ਅਤੇ ਮੈਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਉਹਨਾਂ ਦਾ ਖਿਆਲ ਰੱਖਾਂਗੇ। ਤਾਂ ਮੁੱਖ ਮੰਤਰੀ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜੀ, ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ, ਤੁਸੀਂ ਵੀ ਦੋ ਚਾਰ ਫੋਨ ਜਿਹੜੇ ਨੇ ਉਹਨਾਂ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਘੁਮਾ ਲਓ ਕਿ ਸਾਡੇ ਜਿਹੜੇ ਟਰੱਕ ਡਰਾਈਵਰ ਤੁਹਾਡੀ ਸਟੇਟਾਂ ਦੇ ਵਿੱਚ ਜਿਹੜੀਆਂ ਐਸੈਂਸ਼ੀਅਲ ਡਿਊਟੀ ਨਿਭਾ ਰਹੇ ਨੇ, ਜਿਹੜੇ ਸਮਾਨ, ਜ਼ਰੂਰੀ ਸਮਾਨ ਇੱਧਰ ਉੱਧਰ ਲੈ ਕੇ ਜਾ ਰਹੇ ਨੇ, ਘੱਟ ਤੋਂ ਘੱਟ ਉਹਨਾਂ ਨੂੰ ਵੀ ਜਿਹੜਾ ਰਾਸ਼ਨ ਪਾਣੀ ਥੋੜ੍ਹਾ ਜਿਹਾ ਦੇ ਦਿਓ, ਪਾਣੀ ਪੀਣ ਵਾਸਤੇ ਦੇ ਦਿਓ, ਇਹ ਨਾ ਹੋਵੇ ਉਹ ਧਿਆਏ ਮਰ ਜਾਣ। ਸੋ ਇਸ ਮੁੱਦੇ ਤੋਂ ਉੱਤੇ ਖਾਸ ਤੌਰ 'ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਰਦਾਰ ਜਸਮੀਤ ਸਿੰਘ ਜਿਹੜੇ ਨੇ ਉਹ ਯੂਨਾਈਟਿਡ ਸਿੱਖਸ ਨੂੰ ਇੰਡੀਆ ਤੋਂ ਰੀਪ੍ਰਜੈਂਟ ਕਰਦੇ ਨੇ, ਉਹ ਖਾਸ ਤੌਰ 'ਤੇ ਸਾਡੇ ਨਾਲ ਜੁੜੇ ਹੋਏ ਨੇ। ਸਰਦਾਰ ਰਜਿੰਦਰ ਸਿੰਘ ਜੀ ਟਾਂਡਾ, ਕੈਲੀਫੋਰਨੀਆ ਤੋਂ ਖਾਸ ਤੌਰ 'ਤੇ ਉਹ ਸਾਨੂੰ ਜੁੜੇ ਹੋਏ ਨੇ, ਉਹ ਟਰਾਂਸਪੋਰਟਰ ਨੇ ਅਤੇ ਟਰੱਕ ਡਰਾਈਵਰਾਂ ਦੀ ਕਿਸ ਤਰੀਕੇ ਦੀਆਂ ਮੁਸੀਬਤ ਹੁੰਦੀਆਂ ਨੇ ਉਹਦੇ ਬਾਰੇ ਭਲੀ ਭਾਂਤ ਜਾਣਦੇ ਨੇ, ਉਹਨਾਂ ਨੇ ਵੀ ਸਾਨੂੰ ਅੱਜ ਜੁਆਇਨ ਕੀਤਾ। ਖਾਸ ਤੌਰ 'ਤੇ ਅੱਜ ਅਗਰ ਗੱਲ ਕਰੀਏ ਐਡਮਿੰਟਨ ਤੋਂ ਸਾਡੇ ਨਾਲ ਬਹੁਤ ਸਾਰੇ ਜਿਹੜੇ ਨੇ ਇਸ ਵੇਲੇ ਲੋਕ ਜੁੜੇ ਹੋਏ ਨੇ। ਖਾਸ ਤੌਰ 'ਤੇ ਅਸੀਂ ਗੱਲ ਕਰਦੇ ਹਾਂ ਸਰਦਾਰ ਮਲਕੀਤ ਸਿੰਘ ਟੇਸੀ ਹੋਣੀ, ਸਿੱਖ ਜੂਥ ਐਡਮਿੰਟਨ ਤੋਂ ਉਹ ਜੁੜੇ ਹੋਏ ਨੇ। ਸਰਦਾਰ ਹਰਪ੍ਰੀਤ ਸਿੰਘ ਢਿੱਲੋਂ, ਇਹ ਢਿੱਲੋਂ ਸਵੀਟਸ ਐਂਡ ਬੇਕਰੀ, ਇਹ ਖਾਸ ਤੌਰ 'ਤੇ ਸਾਡੇ ਨਾਲ ਜੁੜੇ ਹੋਏ ਨੇ। ਸਰਦਾਰ ਗੁਲਜਾਰ ਸਿੰਘ ਨਰਮਾਨ ਜੀ ਜਿਹੜੇ ਨੇ ਉਹ ਸਾਬਕਾ ਪ੍ਰਧਾਨ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਐਡਮਿੰਟਨ ਦੇ, ਉਹ ਵੀ ਜੁੜੇ ਹੋਏ ਨੇ। ਸਰਦਾਰ ਗੁਰਪ੍ਰੀਤ ਸਿੰਘ ਜਿਹੜੇ ਨੇ ਉਹ ਸਿੱਖ ਜੂਥ ਐਡਮਿੰਟਨ ਤੋਂ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਬੀਬੀ ਹਰਪ੍ਰੀਤ ਕੌਰ ਪੰਡਾਲ ਸਿੱਖ ਜੂਥ ਐਡਮਿੰਟਨ ਤੋਂ ਉਹ ਵੀ ਖਾਸ ਤੌਰ 'ਤੇ ਸਾਡੇ ਨਾਲ ਜੁੜੇ ਹੋਏ ਨੇ। ਅਤੇ ਸਰਦਾਰ ਹਰਪ੍ਰੀਤ ਸਿੰਘ ਦਰਦੀ ਜਿਹੜੇ ਨੇ ਉਹ ਐਡਮਿੰਟਨ ਦੇ ਵਿੱਚ ਨੇ ਇਸ ਵੇਲੇ, ਅਤੇ ਉਹ ਸਾਰੀਆਂ ਸੰਗਤਾਂ ਦੇ ਨਾਲ ਇਕੱਠੇ ਤੌਰ 'ਤੇ ਜੁੜੇ ਹੋਏ ਨੇ। ਸੋ ਇਹਨਾਂ ਨੂੰ ਅਸੀਂ ਸਾਡੇ ਨਾਲ ਲੈ ਕੇ ਆਏ ਨੇ, ਅਸੀਂ ਸਾਰਿਆਂ ਨਾਲ ਪਹਿਲਾਂ ਜਿਹੜੀ ਉਹ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਜਸਮੀਤ ਸਿੰਘ ਜੀ, ਪਹਿਲਾਂ ਤਾਂ ਮੈਂ ਤੁਹਾਡੇ ਕੋਲ ਆਉਣਾ, ਤੁਹਾਡੀ ਇੱਕ ਅੱਜ ਵੀਡੀਓ ਜਿਹੜੀ ਹੈ ਉਹ ਰਿਲੀਜ਼ ਹੋਈ ਹੈ, ਜਿਸ ਦੇ ਵਿੱਚ ਤੁਸੀਂ ਹਰਿਆਣੇ ਅਤੇ ਦਿੱਲੀ ਦੇ ਬਾਰਡਰ ਦੇ ਉੱਤੇ ਵੱਖ ਵੱਖ ਟਰੱਕ ਡਰਾਈਵਰ ਜਿਹੜੇ ਹੈਗੇ ਨੇ ਉਹਨਾਂ ਨੂੰ ਯੂਨਾਈਟਿਡ ਸਿੱਖਸ ਜਿਹੜਾ ਉਹ ਪਾਣੀ ਵੀ ਪਹੁੰਚਾ ਰਿਹਾ, ਉਹਨਾਂ ਨੂੰ ਰਾਸ਼ਨ ਵੀ ਜਿਹੜਾ ਉੱਥੇ ਦੇ ਰਿਹਾ, ਤਾਂ ਜੋ ਹਰ ਕੋਈ ਜਿਹੜਾ ਹੈਗਾ ਉਹ ਆਪਣਾ ਢਿੱਡ ਭਰ ਸਕੇ ਅਤੇ ਜਿਹੜੀਆਂ ਉਹਨਾਂ ਦੀ ਡਿਊਟੀਜ਼ ਨੇ ਉਹਨਾਂ ਡਿਊਟੀ ਨੂੰ ਪੂਰੀਆਂ ਕਰ ਸਕੇ। ਪਰ ਜਿਹੜੀਆਂ ਯੂਪੀ ਅਤੇ ਬਿਹਾਰ ਤੋਂ ਵੱਖ ਵੱਖ ਪੰਜਾਬੀਆਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋਈਆਂ ਨੇ, ਜਿਹਦੇ ਵਿੱਚ ਉਹ ਕੰਪਲੇਂਟ ਕਰ ਰਹੇ ਨੇ ਕਿ ਢਾਬੇ ਬੰਦ ਨੇ, ਪਰ ਢਾਬਿਆਂ ਨੇ ਆਪਣੀ ਟੈਂਕੀਆਂ ਵੀ ਜਿਹੜੀਆਂ ਨੇ ਉਹ ਚੁੱਕ ਲਈਆਂ ਨੇ, ਪਾਣੀ ਦੀ ਸਪਲਾਈ ਵੀ ਜਿਹੜੀ ਬੰਦ ਕਰ ਦਿੱਤੀ ਹੈ। ਇਹ ਆਪਣੇ ਆਪ 'ਚ ਕਿੰਨਾ ਕੁ ਜ਼ਿਆਦਾ ਉਹ ਤੁਹਾਡੇ ਵੱਲੋਂ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਦੁੱਖ ਵਾਲਾ ਹੈ? ਕਿਉਂਕਿ ਇਹ ਆਪਣੇ ਆਪ 'ਚ ਕਦੀ ਵੀ ਨਹੀਂ ਅਸੀਂ ਸੋਚਿਆ ਕਿ ਭਾਰਤ ਦੇ ਵਿੱਚ ਜਿੱਥੇ ਸਾਰੇ ਲੋਕ ਖੁੱਲ੍ਹੇ ਦਿਲ ਦੇ ਨਾਲ ਇੱਕ ਦੂਜੇ ਦੀ ਸੇਵਾ ਕਰਦੇ ਨੇ, ਉਹ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਜਦੋਂ ਅੱਜ ਲੋੜ ਹੈ ਉੱਥੇ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਉਹ ਸੁਕਾ ਦੇਣਗੇ। ਇਹ ਜੀ ਬਹੁਤ ਹੀ ਮੰਦਭਾਗੀ ਘਟਨਾ ਹੈ ਜੀ, ਜਦੋਂ ਇਹ ਸਾਨੂੰ ਸੁਣਨ 'ਚ ਆਇਆ, ਸਾਨੂੰ ਜਦੋਂ ਇਹ ਵੀਡੀਓ ਅਸੀਂ ਵੀਡੀਓ ਰਾਹੀਂ ਅਸੀਂ ਦੇਖਿਆ, ਇਹਨੂੰ ਵਾਇਰਲ ਹੋਇਆ ਸੀ ਜਦੋਂ ਫੇਸਬੁੱਕ 'ਤੇ, ਅਤੇ ਜਦੋਂ ਆਪਾਂ ਹੁਣ ਅਸੀਂ ਇਹਦੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਜਿਹੜੇ ਕਿ ਗੁਜਰਾਤ ਬਾਰਡਰ 'ਤੇ ਇਹ ਘਟਨਾ ਹੈਗੀ ਹੈ, ਅਤੇ ਜਦੋਂ ਆਪਾਂ ਐਕਚੁਲੀ ਇਹਦਾ ਦੇਖਣਾ ਚਾਹ ਰਹੇ ਹਾਂ, ਜਾਣਨਾ ਚਾਹ ਰਹੇ ਸੀ ਕਿ ਕਿਹੜੇ ਏਰੀਆ ਦੇ ਵਿੱਚ ਹੈ, ਕਿਉਂਕਿ ਸਾਡੀ ਜਿਹੜੀ ਟੀਮਸ ਨੇ ਇਸ ਟਾਈਮ ਪੂਰੇ ਇੰਡੀਆ ਦੇ ਵਿੱਚ ਕੰਮ ਕਰ ਰਹੀਆਂ ਨੇ ਅਤੇ ਵਰਲਡ ਵਾਈਡ ਕੰਮ ਹੋ ਰਿਹਾ ਸਾਡਾ ਲਈ, ਇੰਡੀਆ ਦੇ ਵਿੱਚ ਮੈਕਸੀਮਮ ਸਟੇਟਾਂ ਦੇ ਵਿੱਚ ਸਾਡੀਆਂ ਟੀਮਸ ਕੰਮ ਕਰ ਰਹੀਆਂ ਨੇ, ਅਤੇ ਜਿਹਦੇ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਯੂਪੀ ਦੇ ਵਿੱਚ ਵੀ ਕੰਮ ਹੋ ਰਿਹਾ ਹੈ, ਅਤੇ ਇਨਫੈਕਟ ਅਸੀਂ ਬੈਂਗਲੋਰ, ਆਸਾਮ, ਸ਼ਿਲੋਂਗ ਤੱਕ ਸਾਡੀ ਟੀਮਸ ਕੰਮ ਕਰ ਰਹੀਆਂ ਨੇ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਅਗਰ ਪਤਾ ਲੱਗੇ ਕਿਹੜੇ ਏਰੀਆ ਦੇ ਵਿੱਚ ਹੈ, ਤਾਂ ਕਿ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਮਦਦ ਵੀ ਪਹੁੰਚਾ ਪਾਈਏ, ਅਤੇ ਨਾਲ ਉੱਥੇ ਪ੍ਰਸ਼ਾਸਨ ਨਾਲ ਵੀ ਗੱਲ ਕਰ ਸਕੀਏ ਕਿ ਬਈ ਇੱਦਾਂ ਦੀ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ, ਅਤੇ ਉਹਨਾਂ ਨਾਲ
ਆਪਾਂ ਕਿੱਦਾਂ ਉਹਨੂੰ ਉਹਦਾ ਸੋਲਿਊਸ਼ਨ ਕੱਢ ਸਕਦੇ ਹਾਂ, ਪਹਿਲੀ ਚੀਜ਼। ਦੂਸਰੀ ਚੀਜ਼, ਅਸੀਂ ਸਾਨੂੰ ਜਿਵੇਂ ਬਿਲਕੁਲ ਆਪਾਂ ਤੁਸੀਂ ਬਹੁਤ ਦੱਸਿਆ ਕਿ ਵਧੀਆ ਜੀ। ਅਸੀਂ ਦਿੱਲੀ ਯੂਪੀ ਬਾਰਡਰ ਤੇ ਅਸੀਂ ਕਾਫੀ 250 ਟਰੱਕ ਡਰਾਈਵਰ ਫਸਿਆ ਹੋਇਆ ਉੱਥੇ, ਅਸੀਂ ਸਾਡਾ ਲੰਗਰ ਦੀ ਸੇਵਾ ਜਾਰੀ ਹੈ ਉੱਥੇ ਵੀ। ਤੇ ਦੂਸਰਾ, ਕੱਲ ਸਾਨੂੰ ਇੱਕ ਹੋਰ ਕਾਲ ਆਈ ਸੀ ਰਾਜਸਥਾਨ ਬਾਰਡਰ ਤੇ ਵੀ, ਤੇ ਰਾਜਸਥਾਨ ਬਾਰਡਰ ਤੇ ਵੀ ਕਾਫੀ ਸਾਰੇ ਟਰੱਕ ਡਰਾਈਵਰਸ ਫਸੇ ਹੋਏ ਆ। ਤੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਉੱਥੇ ਦੇ ਜਿਹੜੇ ਟਰੱਕ ਯੂਨੀਅਨਸ ਹੈਗੀਆਂ ਉਹਨਾਂ ਨਾਲ ਗੱਲ ਕੀਤੀ, ਜਿਹੜੀ ਅਲਵਰ ਦੇ ਵਿੱਚ ਹੈਗੇ ਉੱਥੇ ਉਹਨਾਂ ਦੇ ਪ੍ਰਧਾਨ ਹੈਗੇ। ਤੇ ਉਹ ਕਹਿੰਦੇ ਜੀ ਤੁਸੀਂ ਚਿੰਤਾ ਨਾ ਕਰੋ, ਅਸੀਂ ਆਪਣੇ ਆਪ ਸਾਰਾ ਉਹਨਾਂ ਨੂੰ ਮੁਹੱਈਆ ਕਰਾਵਾਂਗੇ। ਇੱਕ ਇੱਕ ਟਰੱਕ ਡਰਾਈਵਰ ਦੇ ਜਿਹੜੇ ਉਹਨਾਂ ਦੇ ਮਾਲਕਾਂ ਨੂੰ ਉਹਨਾਂ ਨੇ ਬੋਲਿਆ ਹੈ ਕਿ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਏਟੀਐਮਸ ਦੇ ਵਿੱਚ ਉਹਨਾਂ ਦੇ ਪੈਸੇ ਪਾਉਣ, ਤਾਂ ਕਿ ਐਟਲੀਸਟ ਉਹ ਆਪਣੇ ਪੈਸੇ ਕੱਢ ਕੇ ਆਪਣਾ ਗੁਜ਼ਰ ਬਸਰ ਉੱਥੇ ਜਿੱਥੇ ਫਸੇ ਹੋਏ ਉੱਥੇ ਕਰ ਸਕਣ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਉਪਰਾਲੇ ਅਸੀਂ ਕਰ ਰਹੇ ਹਾਂ ਕਿ ਡਿਫਰੈਂਟ ਡਿਫਰੈਂਟ ਪ੍ਰਸ਼ਾਸਨ ਦੇ ਨਾਲ ਵੀ ਮਿਲ ਕੇ ਤੇ ਯੂਨੀਅਨਸ ਦੇ ਨਾਲ ਵੀ ਮਿਲ ਕੇ, ਤਾਂ ਕਿ ਉਹਨਾਂ ਤੱਕ ਸਾਰੀ ਪੂਰੀ ਮਦਦ ਪਹੁੰਚਾਈ ਜਾ ਸਕੇ। ਬਿਲਕੁਲ ਜੀ, ਬਹੁਤ ਵਧੀਆ। ਅਸੀਂ ਹੁਣ ਐਡਮਿੰਟਨ ਚੱਲਦੇ ਹਾਂ। ਐਡਮਿੰਟਨ ਦੇ ਵਿੱਚੋਂ ਬਹੁਤ ਸਾਰੇ ਸਾਡੇ ਪੰਜਾਬੀ ਭਾਈ ਹੈਗੇ ਨੇ ਜਿਹੜੇ ਇਸ ਵੇਲੇ ਸੇਵਾ ਕਰ ਰਹੇ ਨੇ, ਉਹ ਬਿਨਾਂ ਕਿਸੇ ਜਾਤ ਪਾਤ ਨੂੰ ਵੇਖੇ ਹੋਏ, ਬਿਨਾਂ ਕਿਸੇ ਰੰਗ ਜਾਂ ਨਸਲ ਨੂੰ ਵੇਖੇ ਹੋਏ, ਜਿਹੜਾ ਹਰੇਕ ਦੀ, ਜਿਹੜਾ ਵੀ ਦੁਨੀਆ ਭਰ ਦੇ ਵਿੱਚ ਕੋਈ ਵੀ ਜਿਹੜਾ ਮਨੁੱਖ ਹੈਗਾ ਉਹਨੂੰ ਜਿਹੜੀ ਇਸ ਵੇਲੇ ਸੇਵਾ ਜਿਹੜੀ ਹੈ ਪੂਰੀ ਭਾਰਤ ਦੇ ਵਿੱਚ, ਆਪਾਂ ਕਹਿ ਸਕਦੇ ਹਾਂ ਪੂਰੀ ਦੁਨੀਆ ਦੇ ਵਿੱਚ ਕੀਤੀ ਜਾ ਰਹੀ ਹੈ। ਸੋ ਇਸ ਵੇਲੇ ਐਡਮਿੰਟਨ ਦੇ ਵਿੱਚ ਵੀ ਜਿਹੜੇ ਸਾਡੇ ਪੰਜਾਬੀ ਭਾਈ ਹੈਗੇ ਨੇ ਉਹ ਆਪਣੇ ਵੱਲੋਂ ਲਗਾਤਾਰ ਸੇਵਾਵਾਂ ਨਿਭਾ ਰਹੇ ਨੇ। ਸਭ ਤੋਂ ਪਹਿਲਾਂ ਅਸੀਂ ਸਰਦਾਰ ਗੁਲਜਾਰ ਸਿੰਘ ਨਿਰਮਾਣ ਹੋਣਾ ਕੋਲ ਚੱਲਦੇ ਹਾਂ। ਨਿਰਮਾਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਰਮਾਨ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਜਿਸ ਤਰੀਕੇ ਨਾਲ ਤੁਸੀਂ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਚੜ੍ਹਦੀ ਕਲਾ ਵਾਲੀਆਂ ਵੀਡੀਓਜ਼ ਪਾਉਂਦੇ ਹੋ, ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਗੁਰੂ ਨਾਨਕ ਦਾ ਸਿੱਖ ਜਿਹੜਾ ਲਗਾਤਾਰ ਸੇਵਾ ਕਰ ਰਿਹਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਅੱਜ ਜਿਹੜੀ ਤੁਸੀਂ ਇੱਥੇ ਐਡਮਿੰਟਨ ਦੇ ਵਿੱਚ ਸੇਵਾ ਕਰ ਰਹੇ ਹੋ, ਕਿਸ ਤਰੀਕੇ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਕਿੰਨੇ ਕੁ ਲੋਕ ਇਸ ਨੂੰ ਜਿਹੜਾ ਫਾਇਦਾ ਚੁੱਕ ਆਪਣਾ ਲੈ ਰਹੇ ਨੇ? ਵੀਰ ਜੀ, ਇੱਥੇ ਜਿਹੜੀ ਐਡਮਿੰਟਨ ਵਿੱਚ ਸੇਵਾ ਕੀਤੀ ਜਾ ਰਹੀ ਹੈ, ਦੋ ਤਰੀਕੇ ਨਾਲ ਸੇਵਾ ਕੀਤੀ ਜਾ ਰਹੀ ਹੈ। ਇੱਕ ਤਾਂ ਫਰੈਸ਼ ਫੂਡ ਹਰ ਰੋਜ਼ ਲੈ ਕੇ ਜਾਇਆ ਜਾ ਰਿਹਾ, ਇਹ ਜਿਹੜੀ ਢਿੱਲੋ ਬੇਕਰੀ ਹੈ ਪਿੱਛੇ, ਇੱਥੋਂ ਫਰੈਸ਼ ਫੂਡ ਤਿਆਰ ਕਰਕੇ ਅਸੀਂ ਹਰ ਰੋਜ਼ ਡਾਊਨ ਟਾਊਨ ਮੇਰੇ ਸਤਿਕਾਰਯੋਗ ਹੋਮਲੈਸ ਵੀਰਾਂ ਅਤੇ ਭੈਣਾਂ ਨੂੰ ਉੱਥੇ ਡਿਲੀਵਰ ਕਰਕੇ ਆਉਂਦੇ ਹਾਂ। ਤਕਰੀਬਨ 100 ਤੋਂ 200 ਦੇ ਵਿੱਚ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਫੂਡ ਅਸੀਂ ਉੱਥੇ ਲੈ ਕੇ ਜਾਂਦੇ ਹਾਂ ਸੰਗਤਾਂ ਵਾਸਤੇ, ਅਤੇ ਇੱਕ ਹਰ ਰੋਜ਼ ਇੰਟਰਨੈਸ਼ਨਲ ਸਟੂਡੈਂਟਾਂ ਵਾਸਤੇ ਵੀ ਢਿੱਲੋ ਬੇਕਰੀ ਤੋਂ ਸ਼ਾਮ ਨੂੰ ਫਰੈਸ਼ ਫੂਡ ਦੀ ਪਿਕਅਪ ਸਮਾਂ ਰੱਖਿਆ ਗਿਆ 5 ਤੋਂ 7:30 ਵਜੇ। ਜੇ ਕਿਸੇ ਨੂੰ ਲੋੜ ਹੋਵੇ ਤਾਂ ਅਸੀਂ ਉਹਦੇ ਘਰ ਵੀ ਪਹੁੰਚਾਉਂਦੇ ਹਾਂ। ਅਤੇ ਜਿਹੜਾ ਦੂਜਾ ਵੱਡਾ ਉਪਰਾਲਾ ਹੈ, ਸਿੱਖ ਯੂਥ ਆਫ ਐਡਮਿੰਟਨ ਵੱਲੋਂ ਹੈ, ਮੇਰੇ ਨਾਲ ਸਰਦਾਰ ਮਲਕੀਤ ਸਿੰਘ ਢੇਸੀ ਅਤੇ ਗੁਰਪ੍ਰੀਤ ਸਿੰਘ ਆਏ ਹੋਏ ਨੇ। ਅਸੀਂ ਮਹੀਨੇ ਦਾ ਤਕਰੀਬਨ 1 ਸਟੂਡੈਂਟ ਨੂੰ ਲੰਗਰ ਪਹੁੰਚਾਉਂਦੇ ਹਾਂ। ਉਹ ਵੱਡੀ ਪੱਧਰ 'ਤੇ ਅਸੀਂ ਫੋਨ ਨੰਬਰ ਦਿੱਤੇ ਹੋਏ ਨੇ, ਬੱਚਿਆਂ ਦੇ ਸਾਨੂੰ ਮੈਸੇਜ ਆਉਂਦੇ ਆ, ਅਸੀਂ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਇੰਟਰਨੈਸ਼ਨਲ ਸਟੂਡੈਂਟ ਜਾਂ ਹੋਰ ਲੋੜਵੰਦ ਜੋ ਵੀ ਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਘਰੇ ਲੰਗਰ ਪਹੁੰਚਾਉਂਦੇ ਹਾਂ। ਬਾਕੀ ਲਿਸਟ ਹਮੇਸ਼ਾ ਮਤਲਬ ਹਰ ਰੋਜ਼ ਨਵੀਂ ਕਾਲ ਆਉਂਦੀ ਰਹਿੰਦੀ ਹੈ। ਸੋ ਜਿਹੜੇ ਸਟੂਡੈਂਟਸ ਨੇ ਗਰੁੱਪ ਦੇ ਵਿੱਚ ਰਹਿੰਦੇ ਨੇ, ਬਿਲਕੁਲ ਹਾਂਜੀ ਨਹੀਂ, ਇਹ ਬਿਲਕੁਲ ਆਪਾਂ ਕਹਿ ਸਕਦੇ ਜਿਸ ਤਰ੍ਹਾਂ ਕੈਨੇਡਾ ਦੀ ਸਰਕਾਰ ਵੱਲੋਂ ਵੀ ਇਹ ਉਪਰਾਲਾ ਕੀਤਾ ਗਿਆ ਸੀ ਕਿ ਜਿਹੜੇ ਇਸ ਵੇਲੇ ਸਟੂਡੈਂਟਸ ਨੇ ਉਹ ਸਾਡੇ ਮਹਿਮਾਨ ਨੇ, ਅਤੇ ਇਸ ਔਖੀ ਘੜੀ ਦੇ ਵਿੱਚ ਉਹਨਾਂ ਨੂੰ ਜਿਹੜਾ ਵੱਖਰਾ ਨਹੀਂ ਛੱਡਿਆ ਜਾਵੇਗਾ, ਉਹਨਾਂ ਨੂੰ ਅਸੀਂ ਮਾਲੀ ਸਹਾਇਤਾ ਵੀ ਦੇਵਾਂਗੇ। ਪਰ ਅਸੀਂ ਸਾਰੇ ਤੁਹਾਡੇ ਲੋਕਾਂ ਦੇ ਵੀ ਧੰਨਵਾਦ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਅੱਗੇ ਵੱਧ ਕੇ ਉਹਨਾਂ ਦੀ ਹਰ ਇੱਕ ਜ਼ਰੂਰਤ ਨੂੰ, ਜਿਹੜਾ ਮੌਕੇ ਦੀ ਨਿਆਕਤ ਦੇ ਮੁਤਾਬਕ ਜਿਹੜੀ ਉਹਨਾਂ ਦੀ ਜ਼ਰੂਰਤ ਹੈ ਉਸ ਨੂੰ ਪੂਰਾ ਕਰ ਰਹੇ ਹੋ। ਆਪਣੇ ਆਪ 'ਚ ਇਹ ਕਹਿ ਸਕਦੇ ਪੰਜਾਬੀ ਭਾਈਚਾਰਾ ਜਿਹੜਾ ਉਹ ਪ੍ਰਸ਼ੰਸਾ ਦਾ ਪਾਤਰ ਹੈਗਾ ਇਹਦੇ ਲਈ। ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ ਕਿਸ ਕਿਸ ਤਰੀਕੇ ਦੇ ਤੁਸੀਂ ਜਿਹੜੇ ਪਕਵਾਨ ਨੇ ਉਹ ਤਿਆਰ ਕਰਵਾ ਰਹੇ ਹੋ? ਹਾਂਜੀ ਭਾਜੀ, ਅਸੀਂ ਰੋਜ਼ਾਨਾ ਇੱਥੇ ਜਿੰਨਾ ਵੀ ਵਨਰੇਬਲ ਸਾਡੀ ਪਾਪੂਲੇਸ਼ਨ ਹੈਗੀ ਹੈ ਐਡਮਿੰਟਨ ਦੀ, ਜਿੰਨੇ ਵੀ ਸਾਡੇ ਹੋਪ ਮਿਸ਼ਨ ਦੇ ਵੀ ਚੱਲਦੀਆਂ ਨੇ, ਉਹਨਾਂ ਸਾਰਿਆਂ ਲਈ ਸਪੈਸ਼ਲੀ ਇੱਥੋਂ ਦੇ ਖਾਣੇ ਦੇ ਹਿਸਾਬ ਨਾਲ ਪਾਸਤਾ, ਵੈਜੀਟੇਬਲ ਫਰਾਈਡ ਰਾਈਸ, ਨੂਡਲਸ, ਉਹ ਚੀਜ਼ਾਂ ਲੈ ਕੇ ਜਾ ਰਹੇ ਨੇ ਕਿ ਜੋ ਉਹਨਾਂ ਨੂੰ ਪਤਾ ਹੈ ਔਰ ਉਹ ਖਾਂਦੇ ਨੇ। ਜਿਹੜਾ ਕਿ ਸਟੂਡੈਂਟਸ ਲਈ ਲੰਗਰ ਨੇ ਉਹ ਆਪਣਾ ਪੰਜਾਬੀ ਲੰਗਰ, ਜਿੱਦਾਂ ਅੱਜ ਰਾਜਮਾਂਹ ਅਤੇ ਫੁਲਕੇ ਅਤੇ ਰਾਈਸ ਨੇ, ਉਸ ਤਰੀਕੇ ਰੋਜ਼ ਰੋਜ਼ ਅਸੀਂ ਬਦਲ ਕੇ ਕੋਈ ਨਾ ਕੋਈ ਆਈਟਮ ਦੇ ਰਹੇ ਹਾਂ। ਪਹਿਲਾਂ ਵਾਹਿਗੁਰੂ ਮਹਾਰਾਜ ਜੀ ਦੀ ਮਿਹਰ ਸਦਕਾ ਇੱਥੇ ਆਪਣਾ
ਲੰਗਰ ਸਾਰਾ ਜਿਹੜਾ ਹੈਗਾ ਬਿਜ਼ਨਸ ਦੇ ਵਿੱਚ ਚੱਲਦਾ ਸੀ ਪਰ ਹੁਣ ਬਿਲਕੁਲ ਹੀ ਫ੍ਰੀ ਦਿੱਤਾ ਜਾ ਰਿਹਾ ਜੀ। ਇਹ ਆਪਣੇ ਆਪ 'ਚ ਚੰਗਾ ਹੈਗਾ। ਦਰਜੀ ਸਾਹਿਬ, ਅਗਰ ਤੁਸੀਂ ਥੋੜ੍ਹਾ ਜਿਹਾ ਮੈਨੂੰ ਐਕਸਪਲੇਨ ਕਰ ਸਕੋ ਇੱਥੇ ਕਿਸ ਤਰੀਕੇ ਦਾ ਮਾਹੌਲ ਹੈ, ਅਗਰ ਤੁਸੀਂ ਮੈਨੂੰ ਪੂਰਾ ਵਿਊ ਦਿਖਾ ਸਕੋ, ਕਿਉਂਕਿ ਮੈਨੂੰ ਲੱਗ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਆਪਣੇ ਤੌਰ 'ਤੇ ਜਿਹੜੇ ਨੇ ਉਹ ਫੂਡ ਲੈਣ ਵੀ ਆ ਰਹੇ ਨੇ, ਉਹ ਕਿਸ ਤਰੀਕੇ ਦਾ ਲੱਗਦਾ ਜੀ ਇੱਥੇ ਸਭ ਕੁਛ ਵੇਖ ਕੇ? ਮੈਂ ਜੀ ਅੱਜ ਮੈਨੂੰ ਸੁਭਾਗ ਪ੍ਰਾਪਤ ਹੋਇਆ ਮਨੀਸ਼ ਜੀ ਵੀ ਡਾਊਨ ਟਾਊਨ ਜਿੱਥੇ ਵੀਰ ਜੀ ਹਰਪ੍ਰੀਤ ਸਿੰਘ ਢਿੱਲੋਂ ਵਾਰੀ ਲੰਗਰ ਵਰਤਾਉਣ ਜਾਂਦੇ ਨੇ, ਮੈਂ ਉੱਥੇ ਨਾਲ ਗਿਆ, ਤੁਸੀਂ ਸ਼ਾਰਟਸ ਵੀ ਦੇਖ ਰਹੇ ਹੋ ਨਾਲ ਨਾਲ। ਬੜੇ ਅਫਸੋਸ ਦੀ ਗੱਲ ਹੁੰਦੀ ਹੈ ਵੀ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਦੇਖੀਦਾ ਵੀ ਲੋਕਾਂ ਦਾ ਇਹ ਹਾਲ ਹੋ ਰਿਹਾ, ਭਾਵੇਂ ਕੈਨੇਡਾ ਸਰਕਾਰ ਕਾਬਲੇ ਤਾਰੀਫ ਹੈ, ਉਹਨੇ ਬਹੁਤ ਕੁਝ ਲੋਕਾਂ ਵਾਸਤੇ ਕੀਤਾ, ਪਰ ਫਿਰ ਵੀ ਜਿਹੜੇ ਹੋਮਲੈਸ ਪੀਪਲ ਹੈ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਜੁੜ ਰਹੀ, ਉਹ ਸੜਕਾਂ ਦੇ ਉੱਤੇ ਇਸ ਠੰਡ ਦੇ ਮੌਸਮ 'ਚ, ਮੈਂ ਖਾਸ ਕਰ ਐਡਮਿੰਟਨ ਕਿਉਂਕਿ ਹੈਗਾ ਇੱਥੇ ਇਸ ਵਕਤ, ਅਤੇ ਇੱਥੇ ਠੰਡ ਲਗਾਤਾਰ ਰਹਿੰਦੀ ਹੈ ਅਤੇ ਠੰਡ ਦੇ ਵਿੱਚ ਲੋਕਾਂ ਨੂੰ ਗਰਮ ਫੂਡ ਚਾਹੀਦਾ ਸੀ, ਅਤੇ ਅੱਜ ਜਦੋਂ ਅਸੀਂ ਉੱਥੇ ਗਏ ਅਤੇ ਲੋਕ ਪਹਿਲੇ ਹੀ ਉੱਥੇ ਇੰਤਜ਼ਾਰ ਕਰ ਰਹੇ ਸਨ ਵੀ ਹਾਂਜੀ, ਕਿਉਂਕਿ ਪਿਛਲੇ ਤਕਰੀਬਨ ਅੱਜ 17-18 ਦਿਨ ਹੋ ਗਏ ਵੀਰ ਹਰਪ੍ਰੀਤ ਸਿੰਘ ਜੀ ਲਗਾਤਾਰ ਡਾਊਨ ਟਾਊਨ ਦੇ ਵਿੱਚ ਜਿਹੜੇ ਹੋਮਲੈਸ ਪੀਪਲ ਆ ਉਹਨਾਂ ਵਾਸਤੇ ਲਗਾਤਾਰ ਲੰਗਰ ਲੈ ਕੇ ਜਾ ਰਹੇ ਨੇ, ਨਾਲ ਵੀਰ ਗੁਲਜ਼ਾਰ ਸਿੰਘ ਜੀ ਨਿਰਮਾਣ ਇਹਨਾਂ ਦੀ ਪੂਰੀ ਹੈਲਪ ਕਰ ਰਹੇ ਨੇ, ਅਤੇ ਉੱਥੇ ਜਾ ਕੇ ਨਜ਼ਾਰਾ ਦੇਖ ਕੇ ਜਿਹੜਾ ਬੜਾ ਮਨ ਨੂੰ ਅਫਸੋਸ ਵੀ ਹੋਇਆ ਅਤੇ ਸ਼ੁਕਰ ਵੀ ਕੀਤਾ ਵੀ ਗੁਰੂ ਨਾਨਕ ਦੇ ਸਿੱਖ ਬੈਠੇ ਨੇ, ਗੁਰੂ ਨਾਨਕ ਦੇ ਪਿਆਰੇ ਬੈਠੇ ਨੇ ਵੀ ਜਿਹੜੇ ਭੁੱਖੇ ਅਤੇ ਲੋੜਵੰਦਾਂ ਲਈ ਰੋਜ਼ਾਨਾ ਬਿਨਾਂ ਕਿਸੇ ਗੈਰ ਹਾਜ਼ਰੀ ਤੋਂ ਆਪਣੀ ਇੱਕ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਵਾਸਤੇ ਗਰਮ ਖਾਣਾ ਜਿਹੜਾ ਉੱਥੇ ਲੈ ਕੇ ਪੁੱਜ ਰਹੇ ਨੇ, ਖਾਣੇ ਦੇ ਨਾਲ ਨਾਲ ਜੋ ਇਹਨਾਂ ਕੋਲੋਂ ਯਥਾ ਸ਼ਕਤ ਬਣਦਾ ਗਰਮ ਖਾਣੇ ਫਰੂਟ ਵੀ ਲੈ ਕੇ ਜਾਂਦੇ ਨੇ, ਕੋਈ ਨਾ ਕੋਈ ਡਰਿੰਕ ਵੀ ਲੈ ਕੇ ਜਾਂਦੇ ਨੇ ਅਤੇ ਉੱਥੇ ਇਹ ਟੇਬਲ ਦੇ ਉੱਤੇ ਲਗਾ ਦਿੰਦੇ ਨੇ, ਆਪਣੀ ਸੇਫਟੀ ਦਾ ਵੀ ਪੂਰਾ ਇਹ ਖਿਆਲ ਰੱਖਦੇ ਨੇ ਅਤੇ ਦੂਜਿਆਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਥੋੜ੍ਹਾ ਜਿਹਾ ਆਪਣੇ ਦੇ ਵੀ 2-3 ਫੁੱਟ 6 ਫੁੱਟ ਦਾ ਫਾਸਲਾ ਰੱਖੋ ਅਤੇ ਲੰਗਰ ਵਾਰੀ ਵਾਰੀ ਆ ਕੇ ਲੈ ਕੇ ਜਾਓ, ਅਤੇ ਬਹੁਤ ਹੀ ਸੋਹਣੇ ਢੰਗ ਨਾਲ ਇਹ ਆਪਣਾ ਟੇਬਲ ਲੈ ਕੇ ਜਾਂਦੇ ਨੇ, ਸਾਰਾ ਕੁਝ ਆਪ ਲੈ ਕੇ ਜਾਂਦੇ ਨੇ ਅਤੇ ਉੱਥੇ ਜਿਹੜਾ ਲੋਕਾਂ ਨੂੰ ਕਹਿੰਦੇ ਨੇ ਚੱਕੋ ਆਪਣੇ ਆਪ ਚੱਕੋ ਅਤੇ ਪੈਕਡ ਫੂਡ ਹੁੰਦਾ ਅਤੇ ਤੁਸੀਂ ਛਕੋ। ਜਸਮੀਤ ਸਿੰਘ ਜੀ, ਮੈਂ ਤੁਹਾਡੇ ਕੋਲ ਇੱਕ ਵਾਰੀ ਜ਼ਰੂਰ ਇੱਥੇ ਪੁੱਛਾਂਗਾ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਲੋਕ ਅਪਰੋਚ ਕਰਨ ਕਿ ਜਿੱਥੇ ਲੋੜ ਹੈ ਉੱਥੇ ਜਿਹੜਾ ਉਹ ਲੰਗਰ ਜਿਹੜਾ ਯੂਨਾਈਟਿਡ ਸਿੱਖਸ ਲੈ ਕੇ ਜਾਵੇਗੀ, ਪਰ ਉਹਦੇ ਲਈ ਕਿਸ ਤਰੀਕੇ ਨਾਲ ਤੁਹਾਨੂੰ ਅਪਰੋਚ ਕੀਤਾ ਜਾਵੇ, ਕਿਉਂਕਿ ਜਿਹੜੇ ਟਰੱਕ ਡਰਾਈਵਰ ਵੀਰ ਨੇ ਉਹ ਇੰਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ, ਕੋਈ ਟਵਿੱਟਰ 'ਤੇ ਨਹੀਂ ਹੈਗੇ, ਕੋਈ ਫੇਸਬੁੱਕ 'ਤੇ ਨਹੀਂ ਹੈਗੇ, ਅਤੇ ਕੀ ਸਾਦਾ ਅਤੇ ਸਾਦਾ ਸਾਧਨ ਹੋ ਸਕਦਾ ਜਿਹਦੇ ਨਾਲ ਉਹ ਤੁਹਾਡੇ ਨਾਲ ਜਿਹੜਾ ਕੰਟੈਕਟ ਕਰ ਸਕਣ? ਜੀ ਵੈਸੇ ਤਾਂ ਆਪਾਂ ਅਸੀਂ ਆਪਣੇ ਜਿੰਨੇ ਵੀ ਹੈਲਪਲਾਈਨ ਨੰਬਰ ਆ ਉਹ ਫਲੋਟ ਕੀਤੇ ਹੋਏ ਆ ਸੋਸ਼ਲ ਮੀਡੀਆ 'ਤੇ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਇਹ ਬੜੀ ਪ੍ਰੋਬਲਮ ਸਾਨੂੰ ਵੀ ਫੇਸ ਕਰਨ ਨੂੰ ਮਿਲ ਰਹੀ ਹੈ, ਕਿਉਂਕਿ ਕਈ ਜਿਵੇਂ ਇੱਦਾਂ ਦੇ ਲੋਕ ਹੈਗੇ ਆ ਜਿਵੇਂ ਲੇਬਰ ਕਲਾਸ ਕਹਿ ਲਓ, ਉਹਨਾਂ ਨੂੰ ਜ਼ਰੂਰਤ ਹੈਗੀ ਹੈ ਲੇਕਿਨ ਉਹਨਾਂ ਕੋਲ ਫੋਨਸ ਨਹੀਂ ਹੈਗੇ। ਕੱਲ੍ਹ ਇੱਕ ਸਾਨੂੰ ਇੱਕ ਹੋਰ ਵੀ ਸੱਜਣ ਦਾ ਮੈਸੇਜ ਆਇਆ ਸੀ ਕਿ ਕਹਿੰਦੇ ਕਿ ਉਹਦਾ ਫੋਨ ਰੀਚਾਰਜ ਖਤਮ ਹੋ ਗਿਆ ਉਹਦਾ, ਅਤੇ ਕਿਉਂਕਿ ਲੋਕਡਾਊਨ ਕਰਕੇ ਉਹ ਬਾਹਰ ਨਹੀਂ ਜਾ ਪਾ ਰਹੇ ਆਪਣੇ ਫੋਨਸ ਨੂੰ ਰੀਚਾਰਜ ਕਰਨ ਵਾਸਤੇ ਵੀ, ਅਤੇ ਕਹਿੰਦੇ ਕਾਲ ਕਿੱਦਾਂ ਕਰਨਗੇ ਅਗਰ ਨੰਬਰ ਵੀ ਹੈਗਾ ਉਹਨਾਂ ਕੋਲ ਤਾਂ। ਅਤੇ ਅਸੀਂ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਵੇਂ ਆਪਾਂ ਐਡਮਿਨਿਸਟ੍ਰੇਸ਼ਨਸ ਨਾਲ ਮਿਲ ਕੇ ਕੰਮ ਵੀ ਕਰ ਰਹੇ ਹਾਂ ਨਾਲ ਸਾਰੀ, ਕਿਉਂਕਿ ਐਡਮਿਨਿਸਟ੍ਰੇਸ਼ਨ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨਸ ਨੇ ਉਹਨਾਂ ਨੂੰ ਏਰੀਆਜ਼ ਦਾ ਵੀ ਕਾਫੀ ਜ਼ਿਆਦਾ ਪਤਾ ਹੈ ਕਿ ਕਿੱਥੇ ਕਿੱਥੇ ਲੋਕ ਫਸੇ ਹੋਏ ਹੈ, ਅਤੇ ਜਿੱਦਾਂ ਜਿੱਦਾਂ ਸਾਨੂੰ ਕਾਲਸ ਆ ਰਹੀਆਂ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਆਪਣੇ ਫੋਨ ਨੰਬਰਸ ਐਡਮਿਨਿਸਟ੍ਰੇਸ਼ਨ ਨੂੰ ਵੀ ਸਾਰਿਆਂ ਨੂੰ ਦੇ ਕੇ ਆ ਰਹੇ ਹਾਂ ਕਿ ਜਿੱਥੇ ਤੁਸੀਂ ਨਹੀਂ ਪਹੁੰਚ ਪਾ ਰਹੇ ਸਾਨੂੰ ਦੱਸੋ, ਸਾਡੇ ਵਲੰਟੀਅਰਸ ਕਿਉਂਕਿ ਆਲ ਓਵਰ ਇੰਡੀਆ ਕੰਮ ਕਰ ਰਹੇ ਨੇ ਹਰੇਕ ਸਟੇਟ ਦੇ ਵਿੱਚ ਨੇ, ਅਤੇ ਅਸੀਂ ਉਹਨਾਂ ਨੂੰ ਵੀ ਕਹਿ ਰਹੇ ਹਾਂ, ਹਰੇਕ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਆਪਣੇ ਨੰਬਰਸ ਈਮੇਲ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਸੀਂ ਹਮੇਸ਼ਾ ਵੀ ਅਪੀਲ ਵੀ ਕਰ ਰਹੇ ਹਾਂ ਕਿ ਤੁਸੀਂ ਸਾਨੂੰ ਐਡਮਿਨਿਸਟ੍ਰੇਸ਼ਨ ਵੀ ਅਗਰ ਸਾਨੂੰ ਕਾਲ ਕਰਕੇ ਦੱਸ ਦੇਗੀ ਕਿ ਤੁਸੀਂ ਇੱਥੇ ਆਪਣੇ ਵਲੰਟੀਅਰਸ ਨੂੰ ਭੇਜ ਦਿਓ ਤਾਂ ਅਸੀਂ ਉੱਥੇ ਪਹੁੰਚ ਕੇ ਆਪਣਾ ਪੂਰੀ ਮਦਦ ਕਰ ਰਹੇ ਹਾਂ। ਬਿਲਕੁਲ, ਜਿਹੜੇ ਐਡਮਿੰਟਨ ਦੇ ਇਸ ਵੇਲੇ ਸੇਵਾਦਾਰ ਹੈਗੇ ਨੇ, ਮੈਂ ਉਹਨਾਂ ਨੂੰ ਜ਼ਰੂਰ ਇੱਥੇ ਸਵਾਲ ਕਰਦਾ, ਕਿਉਂਕਿ ਕੈਨੇਡਾ ਭਰ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ, ਕਿਉਂਕਿ ਇਸ ਵੇਲੇ ਉਹਨਾਂ ਨੂੰ ਜਿਹੜਾ ਈ ਕਲਾਸਿਸ ਦੇ ਰਾਹੀਂ ਜਿਹੜਾ ਪੜ੍ਹਨਾ ਪੈ ਰਿਹਾ, ਬਾਹਰ ਨਿਕਲਣ ਤੋਂ ਜਿਹੜੇ ਨੇ ਲੋਕ ਡਰ ਰਹੇ ਨੇ, ਜਿਹੜੇ ਪੰਜਾਬ ਦੇ ਵਿੱਚ ਵਸਦੇ ਉਹਨਾਂ ਦੇ ਮਾਂ ਪਿਓ ਨੇ ਉਹ ਲਗਾਤਾਰ ਉਹਨਾਂ ਨੂੰ ਐਡਵਾਈਸ ਦੇ ਰਹੇ ਨੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ, ਸੋ ਅਗਰ ਤੁਸੀਂ ਡੇਲੀ ਜਿਹੜੀ ਪੱਕੇ ਹੋਇਆ ਉਹਨਾਂ ਨੂੰ ਖਾਣਾ ਦਿੰਦੇ ਹੋ ਤਾਂ ਉਹਨਾਂ ਨੂੰ ਡੇਲੀ ਜਿਹੜਾ ਬਾਹਰ ਆਉਣਾ ਪਵੇਗਾ, 3 ਟਾਈਮ ਬਾਹਰ ਆਉਣਾ ਪਵੇਗਾ, ਕੀ ਤੁਹਾਡੇ ਵੱਲੋਂ ਕੋਈ ਸੁੱਕੀ ਰਸਦ ਵੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਜਿੱਥੇ ਰਹਿੰਦੇ ਨੇ ਉੱਥੇ ਉਹ ਪਕਾ ਕੇ ਆਰਾਮ ਨਾਲ ਖਾ ਸਕਣ ਅਤੇ ਆਪਣੇ ਆਪ ਨੂੰ ਸੇਫ ਰੱਖ ਸਕਣ? ਹਾਂਜੀ ਬਿਆਲਾ ਜੀ, ਮੇਰੇ ਨਾਲ ਢੇਸੀ ਸਾਹਿਬ ਨੇ ਜੋ ਇਹ ਸਾਰੀ ਸਿੱਖ ਯੂਥ ਆਫ ਐਡਮਿੰਟਨ ਵੱਲੋਂ ਸੇਵਾ ਕਰ ਰਹੇ ਨੇ, ਨਾਲ ਵੀਰ ਗੁਰਪ੍ਰੀਤ ਸਿੰਘ ਜੀ ਨੇ ਇਹ ਚਾਨਣਾ ਪਾਣਗੇ ਇਸ ਉੱਤੇ।
ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਇੱਥੇ ਵੀਰ ਜੀ ਆਏ ਨਾ, ਉਹਨਾਂ ਦੀ ਬਹੁਤ ਜ਼ਿਆਦਾ ਲੋੜ ਸੀ, ਕਿਉਂਕਿ ਪਹਿਲਾਂ ਉਹ ਗੁਰਦੁਆਰਾ ਸਾਹਿਬ ਤੋਂ ਲੰਗਰ ਛਕਦੇ ਸੀ, ਪਰ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਆਦਾ ਇਕੱਠੇ ਨਹੀਂ ਸੀ ਹੋ ਸਕਦੇ, ਇਸ ਕਰਕੇ ਗੁਰੂ ਘਰ ਜਾਣੀ ਕਿ ਬੱਚਿਆਂ ਨੂੰ ਲੰਗਰ ਨਹੀਂ ਸੀ ਮਿਲਦਾ। ਇਸ ਕਰਕੇ ਅਸੀਂ ਪਹਿਲਾਂ ਤਾਂ 2 ਦਿਨ ਅਸੀਂ ਡਿਲੀਵਰ ਕੀਤਾ ਲੰਗਰ ਬਣਾ ਕੇ, ਪਰ ਉਹ ਸੇਫਟੀ ਦਾ ਇਸ਼ੂ ਆਉਣ ਕਰਕੇ ਫਿਰ ਅਸੀਂ ਜਿਹੜੀਆਂ ਰਾਸਤਾ ਆ ਉਹ ਸੁੱਕੀਆਂ ਦੇਣੀਆਂ ਸ਼ੁਰੂ ਕੀਤੀਆਂ ਜੀ, ਅਤੇ ਅਸੀਂ ਲਗਾਤਾਰ ਦੇ ਰਹੇ ਹਾਂ ਜੀ ਉਹ ਰਾਸਤਾ ਬੱਚਿਆਂ ਨੂੰ, ਅਤੇ ਜਾਣੀ ਕਿ ਉਹ ਆਲਮੋਸਟ ਬੱਚਿਆਂ ਦੇ ਸਾਨੂੰ ਟੈਕਸਟ ਮੈਸੇਜ ਆ ਜਾਂਦੇ ਆ, ਫਿਰ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਡਿਲੀਵਰ ਕਰਦੇ ਹਾਂ ਜੀ, ਜਾਣੀ ਕਿ ਜਿੱਥੇ ਬੱਚੇ ਬੇਸਮੈਂਟਾਂ ਵਿੱਚ ਤਿੰਨ ਤਿੰਨ ਚਾਰ ਚਾਰ ਬੱਚੇ ਰਹਿੰਦੇ ਆ ਜੀ, ਅਤੇ ਉਹਨਾਂ ਨੂੰ ਅਸੀਂ ਫਿਰ ਜੋ ਲੋੜਵੰਦ ਚੀਜ਼ਾਂ ਨੇ ਉਹ ਉਹਨਾਂ ਨੂੰ ਮੁਹੱਈਆ ਕੀਤੀਆਂ ਜਾਈਆਂ, ਜਿਹਨਾਂ ਨੂੰ ਜਾਣੀ ਕਿ ਉਹ ਬੱਚੇ ਘਰਾਂ ਤੋਂ ਬਾਹਰ ਨਾ ਨਿਕਲਣ, ਅਤੇ ਉਹ ਆਪਣੇ ਘਰਾਂ ਦੇ ਵਿੱਚ ਆਪਣਾ ਜਾਣੀ ਕਿ ਜੋ ਭੋਜਨ ਆ ਉਹ ਬਣਾ ਕੇ ਤਿਆਰ ਕਰਕੇ ਉਹ ਛੱਡ ਸਕਣ ਜੀ। ਨਾਲ ਹੀ ਵੀਰਪੁਰ ਬਿਲਕੁਲ ਜਿਹੜੇ ਸਾਰੇ ਡਿਸਟ੍ਰੀਬਿਊਸ਼ਨ ਲਿਸਟਾਂ ਬਣਾਉਣ ਦੇ ਵਿੱਚ ਲੋਕਾਂ ਨੂੰ ਅਪੀਲ ਵੀ ਕਰ ਰਹੇ, ਮੈਂ ਚਾਹਾਂਗਾ ਉਹ ਵੀ ਦੋ ਸ਼ਬਦ ਜ਼ਰੂਰ ਸਾਂਝੇ ਕਰ ਲਓ। ਹਾਂਜੀ ਵੀਰ ਜੀ, ਜਿਵੇਂ ਟੀਸੀ ਸਾਹਿਬ ਨੇ ਦੱਸਿਆ ਵੀ ਸਟੂਡੈਂਟਸ ਦੀ ਲੋੜ ਸੀ ਇਹ ਬਹੁਤ ਜ਼ਿਆਦਾ, ਅਤੇ ਜਦੋਂ ਅਸੀਂ ਲੋੜਵੰਦਾਂ ਤੀਕਰ ਜਾਂਦੇ ਹਾਂ ਸਾਨੂੰ ਪਤਾ ਲੱਗਦਾ ਕਿ ਸਿਰਫ ਸਟੂਡੈਂਟ ਹੀ ਨਹੀਂ ਹੋਰ ਫੈਮਿਲੀਜ਼ ਵੀ ਹੈਗੀਆਂ ਨੇ, ਜਿੱਦਾਂ ਜੋ ਗੁਰਦੁਆਰਾ ਸਾਹਿਬ ਦੇ ਲੰਗਰ 'ਤੇ ਰਿਲਾਏ ਕਰਦੀਆਂ ਸੀ, ਅਤੇ ਲੋੜ ਮੁਤਾਬਕ ਦੁੱਧ ਅਤੇ ਫਰੂਟ ਵੀ ਬੱਚਿਆਂ ਤੀਕਰ ਅਸੀਂ ਲੈ ਕੇ ਗਏ ਹਾਂ ਜਿਵੇਂ ਪਤਾ ਲੱਗਦਾ। ਅਤੇ ਜਿਵੇਂ ਅੱਜ ਵੀ ਮੈਨੂੰ ਕਾਲਾਂ ਆਈਆਂ ਨੇ ਸਟੂਡੈਂਟਸ ਦੀਆਂ ਕਿ ਸਾਨੂੰ ਹੁਣ ਪਿਛਲੇ 2 ਵੀਕਾਂ ਤੋਂ ਸੁੱਕਾ ਰਾਸ਼ਨ ਜਾ ਰਿਹਾ, ਅਤੇ ਉਹ ਦੱਸ ਹੀ ਰਹੇ ਨੇ ਵੀ ਸਾਨੂੰ ਇਹਨਾਂ ਇਹਨਾਂ ਚੀਜ਼ਾਂ ਦੀ ਹੋਰ ਲੋੜ ਹੈ, ਅਤੇ ਜਿਹਦੇ ਵਿੱਚ ਦਾਲਾਂ, ਚਾਹ ਪੱਤੀ, ਖੰਡ, ਗਰਮ ਮਸਾਲਾ, ਆਟਾ, ਚੌਲ, ਬ੍ਰੈਡ, ਇਹ ਹਰ ਰੋਜ਼ ਦੀਆਂ ਲੋੜੀਂਦੀਆਂ ਚੀਜ਼ਾਂ ਅਸੀਂ ਉਹਨਾਂ ਤੀਕਰ ਪਹੁੰਚਾਉਂਦੇ ਹਾਂ। ਅਤੇ ਇੱਕ ਕਿਸਮ ਨਾਲ ਅਸੀਂ ਜੋ ਲੋਕਡਾਊਨ ਹੈ ਜਾਂ ਘਰ ਰਹਿਣ ਦਾ ਇਹਦੇ ਵਿੱਚ ਵੀ ਅਸੀਂ ਹੈਲਪ ਕਰ ਰਹੇ ਹਾਂ ਕਿ ਉਹਨਾਂ ਨੂੰ ਜਾ ਕੇ ਗਰੋਸਰੀ ਕਰਨ ਦੀ ਲੋੜ ਨਹੀਂ ਪੈਂਦੀ, ਉਹਨਾਂ ਕੋਲ ਰਾਸ਼ਨ ਪਹੁੰਚ ਰਿਹਾ, ਅਤੇ ਉਹ ਆਪ ਬਣਾ ਕੇ ਆਪਦਾ ਟਾਈਮ ਪਾਸ ਕਰ ਸਕਦੇ ਨੇ, ਅਤੇ ਜਿਹੜਾ ਕਿ ਅੱਜ ਬਹੁਤ ਜ਼ਰੂਰੀ ਹੈ। ਇਸ ਚੀਜ਼ ਆਪਾਂ ਨੂੰ ਇਸ ਕਰੋਨਾ ਵਾਇਰਸ ਨੂੰ ਰੋਕਣ ਵਾਸਤੇ ਸਾਡਾ ਘੱਟ ਤੋਂ ਘੱਟ ਬਾਹਰ ਨਿਕਲਣਾ, ਜੋ ਸਰਕਾਰਾਂ ਸਾਨੂੰ ਗਾਈਡ ਕਰਦੀਆਂ ਨੇ ਉਸ ਗਾਈਡਲਾਈਨ ਦੇ ਮੁਤਾਬਕ ਸੇਫਟੀ ਨੂੰ ਮੁੱਖ ਰੱਖਦਿਆਂ ਅਸੀਂ ਆਪਦੀ ਜੋ ਗੁਰੂ ਨਾਨਕ ਸਾਹਿਬ ਨੇ ਸਾਡੀ ਸੇਵਾ ਲਾਈ ਹੈ ਅਤੇ ਅਸੀਂ ਉਹ ਸੇਵਾ ਬਖੂਬੀ ਨਿਭਾ ਸਕੀਏ ਜੀ। ਬਿਲਕੁਲ ਜੀ, ਬਹੁਤ ਬਹੁਤ ਸੋਹਣਾ, ਬਹੁਤ ਵਧੀਆ ਜਿਹੜੇ ਵਿਚਾਰ ਹੈਗੇ ਨੇ। ਮੈਂ ਆਪਣੇ ਦਰਸ਼ਕਾਂ ਨੂੰ ਵੀ ਜਿਹੜਾ ਅੱਜ ਦਾ ਇੱਥੇ ਇੱਕ ਸਵਾਲ ਕਰਨਾ ਚਾਹਾਂਗਾ, ਕਿਉਂਕਿ ਜਿਸ ਤਰੀਕੇ ਨਾਲ ਗੁਰੂ ਨਾਨਕ ਦੇ ਜਿਹੜੇ ਸਿੱਖ ਨੇ ਪੂਰੀ ਦੁਨੀਆ ਦੇ ਵਿੱਚ ਲਗਾਤਾਰ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ, ਚੰਗੀ ਗੱਲ ਵੀ ਹੈਗੀ ਹੈ। ਸਾਡੇ ਧਰਮ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਦਸਵੰਧ ਕੱਢਣਾ, ਅਸੀਂ ਹਰੇਕ ਉਸ ਲੋੜਵੰਦ ਦੀ ਲੋੜ ਨੂੰ ਪੂਰਾ ਕਰਨਾ ਜਿਹੜਾ ਲੋੜਵੰਦ ਜਿਹੜਾ ਇਸ ਵੇਲੇ ਮੁਸੀਬਤ ਦੀ ਘੜੀ ਦੇ ਵਿੱਚ ਹੈਗਾ। ਸਾਡੇ ਧਰਮ ਅਤੇ ਸਾਡੇ ਵਿਰਸੇ ਦੇ ਵਿੱਚ ਸਾਨੂੰ ਜੰਮਦਿਆਂ ਜਿਹੜੇ ਇਸ ਤਰੀਕੇ ਦੀਆਂ ਸਿੱਖਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ, ਪਰ ਜਿਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿ ਭਾਰਤ ਦੇ ਵਿੱਚ ਇੱਕ ਭਾਰਤ ਜਿਹੜਾ ਬਹੁ ਭਾਸ਼ੀ ਦੇਸ਼ ਹੈਗਾ, ਬਹੁ ਭਾਸ਼ੀ ਦੇਸ਼ ਦੇ ਵਿੱਚ ਵੱਖ ਵੱਖ ਤਰੀਕੇ ਦੇ ਕਲਚਰ ਨੇ, ਅਤੇ ਉਹਨਾਂ ਕਲਚਰਾਂ ਦੇ ਵਿੱਚ ਕੀ ਇਹੋ ਜਿਹੀ ਘਾਟ ਹੋ ਗਈ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਜਿਸ ਨੂੰ ਠੀਕ ਕਰਨ ਦੀ ਲੋੜ ਹੈ? ਕਿਉਂਕਿ ਅਗਰ ਪੰਜਾਬ ਦੇ ਵਿੱਚ ਕੋਈ ਬਾਹਰੋਂ ਵੀ ਆਉਂਦਾ ਹੈ ਤਾਂ ਹਰ ਪੰਜਾਬੀ ਜਿਹੜਾ ਪੂਰੀ ਕੋਸ਼ਿਸ਼ ਕਰਦਾ ਕਿ ਅਸੀਂ ਉਸ ਦੀ ਜਿਹੜੀ ਮਦਦ ਕਰ ਸਕੀਏ। ਅਸੀਂ ਪੰਜਾਬ ਦੇ ਵਿੱਚ ਵੇਖਿਆ ਕੋਈ ਯੂਪੀ ਤੋਂ ਲੇਬਰ ਆਇਆ, ਕੋਈ ਬਿਹਾਰ ਤੋਂ ਲੇਬਰਰ ਆਇਆ, ਉਹਨੂੰ ਕੋਈ ਨਫ਼ਰਤ ਨਹੀਂ ਕੀਤੀ ਗਈ, ਉਹਨੂੰ ਵੀ ਬਰਾਬਰ ਦਾ ਜਿਹੜਾ ਉਨਾ ਹੀ ਰਾਸ਼ਨ ਦਿੱਤਾ ਗਿਆ ਜਿੰਨਾ ਇੱਕ ਪੰਜਾਬੀ ਨੂੰ ਦਿੱਤਾ ਗਿਆ, ਭਾਵੇਂ ਕਿ ਪੰਜਾਬੀ ਨੂੰ ਨਹੀਂ ਦਿੱਤਾ ਗਿਆ ਪਰ ਬਾਹਰ ਵਾਲਿਆਂ ਨੂੰ ਜਿਹੜਾ ਦਿੱਤਾ ਗਿਆ। ਬਹੁਤ ਸਾਰੇ ਲੋਕ ਕਹਿੰਦੇ ਰਹੇ ਕਿ ਨਹੀਂ ਇਹਨੂੰ ਬੰਦ ਕਰੋ, ਇਸ ਚੀਜ਼ ਨੂੰ ਬੰਦ ਕਰਨਾ ਚਾਹੀਦਾ, ਪਰ ਨਹੀਂ, ਲੋਕ ਨਹੀਂ ਹਟੇ। ਉਹ ਕਹਿੰਦੇ ਕਿ ਨਹੀਂ, ਹਰੇਕ ਦਾ ਢਿੱਡ ਬਰਾਬਰ ਹੈ, ਹਰੇਕ ਦੀ ਭੁੱਖ ਬਰਾਬਰ ਹੈ, ਅਤੇ ਅਸੀਂ ਹਰੇਕ ਦੀ ਮਦਦ ਕਰਾਂਗੇ। ਪਰ ਅੱਜ ਕੀ ਕਾਰਨ ਹੈ ਕਿ ਜਿਹੜੀਆਂ ਵੱਖਰੀਆਂ ਦੂਸਰੀਆਂ ਸਟੇਟਾਂ ਨੇ, ਯੂਪੀ ਹੈ, ਜਿਹੜੀ ਬਿਹਾਰ ਹੈ, ਉੱਥੇ ਸਾਡਾ ਜਾਂ ਸੁਨੇਹਾ ਨਹੀਂ ਗਿਆ, ਜਾਂ ਅਸੀਂ ਉੱਥੋਂ ਦੇ ਲੋਕਾਂ ਨੂੰ ਐਕਸਪਲੇਨ ਨਹੀਂ ਕਰ ਪਾਏ, ਜਾਂ ਸਾਡੀ ਸਰਕਾਰ ਜਿਹੜੀ ਹੈ ਉੱਥੋਂ ਦੀਆਂ ਸਰਕਾਰਾਂ ਨੂੰ ਇਹ ਬੇਨਤੀ ਨਹੀਂ ਕਰ ਪਾਏ ਕਿ ਸਾਡੇ ਜਿਹੜੇ ਪੰਜਾਬੀ ਉਹਨਾਂ ਸਟੇਟਾਂ ਦੇ ਵਿੱਚ ਫਸੇ ਹੋਏ ਨੇ, ਘੱਟ ਤੋਂ ਘੱਟ ਉਹਨਾਂ ਦੀ ਮਦਦ ਕਰ ਸਕੋ। ਅੱਜ ਅੰਮ੍ਰਿਤਸਰ ਵਸਣ ਵਾਲੇ ਜਿਹੜਾ ਪਰਿਵਾਰ ਹੈ ਉਸਨੇ ਅਮਰੀਕਾ ਵੱਸਦੇ ਸਿੱਖਾਂ ਨੂੰ ਇਹ ਜ਼ਰੂਰ ਕਿਹਾ, ਪੰਜਾਬੀਆਂ ਨੂੰ ਇਹ ਜ਼ਰੂਰ ਬੇਨਤੀ ਕੀਤੀ ਹੈ ਕਿ ਮੇਰਾ ਉੱਥੇ ਬੱਚਾ ਹੈਗਾ, ਉਹਦੀ ਲੋੜ ਨੂੰ ਪੂਰਾ ਕੀਤਾ ਜਾਵੇ। ਅਤੇ ਜ਼ਰੂਰ ਲੋਕਾਂ ਨੇ ਕੀਤਾ ਵੀ ਹੈ, ਜਿਹਨੂੰ ਜਿਹਨੂੰ ਪਤਾ ਲੱਗਾ ਉਹਨੇ ਘਰ ਜਾ ਕੇ ਰਾਸ਼ਨ ਵੀ ਪਹੁੰਚਾਇਆ, ਉਹਨੇ ਮਾਲੀ ਸਹਾਇਤਾ ਵੀ ਦਿੱਤੀ ਹੈ, ਉਹਨੇ ਹਰ ਇੱਕ ਤਰੀਕੇ ਦੀ ਮਦਦ ਕੀਤੀ ਹੈ। ਪਰ ਜੇ ਅੰਮ੍ਰਿਤਸਰ ਦੀ ਮਦਦ ਜਿਹੜੀ ਹੈ ਅਮਰੀਕਾ ਦੇ ਵਿੱਚ ਪੂਰੀ ਹੋ ਸਕਦੀ ਹੈ, ਅਤੇ ਅੰਮ੍ਰਿਤਸਰ ਦੀ ਜਿਹੜੀ ਮਦਦ ਹੈ ਜਾਂ ਜਿਹੜੀ ਹੋਰ ਕਿਤੇ ਕਿਉਂ ਨਹੀਂ ਕੀਤੀ ਜਾ ਸਕਦੀ, ਜਿਹੜੀਆਂ ਹੋਰ ਸਟੇਟਾਂ ਨੇ ਉੱਥੇ ਕਿਉਂ ਨਹੀਂ ਇਸ ਤਰੀਕੇ ਨਾਲ ਜਿਹੜੀ ਉਹ ਮੰਗ ਪੂਰੀ ਕੀਤੀ ਜਾਂਦੀ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਅਤੇ ਜਿਹੜੇ ਲੋਕ ਇਸ ਵੇਲੇ ਲਗਾਤਾਰ ਇਹ ਬਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਪਾਂ ਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ, ਸਾਨੂੰ ਇੱਧਰੋਂ ਵੀ ਮਦਦ ਰੋਕ ਦੇਣੀ ਚਾਹੀਦੀ ਹੈ,
ਉਹਨਾਂ ਬਿਆਨਾਂ ਦਾ ਕੀ ਨੁਕਸਾਨ ਹੋ ਸਕਦਾ ਹੈ? ਇਸ ਤਰੀਕੇ ਦਾ ਜਿਹੜਾ ਵੀ ਤੁਹਾਡਾ ਸੁਝਾਅ ਹੈਗਾ, ਉਸ ਸੁਝਾਅ ਨੂੰ ਤੁਸੀਂ ਜਿਹੜਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਟੈਲੀਫੋਨ ਜਿਹੜਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆ ਰਿਹਾ ਉਹਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਸਾਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਅਤੇ ਜਿਹੜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋਗੇ, ਅਸੀਂ ਜ਼ਰੂਰ ਉਹਨੂੰ ਇਸ ਪ੍ਰੋਗਰਾਮ ਦੇ ਵਿੱਚ ਨਾਲ ਜਿਹੜਾ ਉਹ ਸ਼ਾਮਿਲ ਵੀ ਕਰਾਂਗੇ। ਬਿਲਕੁਲ ਜਸਮੀਤ ਜੀ, ਮੈਂ ਤੁਹਾਡੇ ਕੋਲ ਵੀ ਇੱਥੇ ਵਾਪਸ ਆਉਂਦਾ। ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਵੱਖ ਵੱਖ ਜਗ੍ਹਾ ਦੇ ਉੱਤੇ ਜਿਹੜਾ ਇਸ ਵੇਲੇ ਲੰਗਰ ਪ੍ਰੋਵਾਈਡ ਕਰ ਰਹੇ ਹਾਂ, ਪਰ ਠੀਕ ਹੈ, ਟਰੱਕ ਡਰਾਈਵਰਾਂ ਨੂੰ ਤੁਸੀਂ ਜਿਹੜੀ ਸਪੋਰਟ ਕਰ ਰਹੇ ਹੋ, ਪਰ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਤੁਸੀਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਜੀ, ਮੈਂ ਥੋੜ੍ਹਾ ਦੱਸਣਾ ਚਾਹਾਂਗਾ, ਜਿਵੇਂ ਜਦੋਂ, ਕਿਉਂਕਿ ਇਹ ਕਰੋਨਾ ਵਾਇਰਸ ਜਿਹੜਾ ਹੈਗਾ ਪੂਰੇ ਵਰਲਡ ਦੇ ਵਿੱਚ ਫੈਲਿਆ ਹੋਇਆ ਇਸ ਟਾਈਮ, ਅਤੇ ਯੂਨਾਈਟਿਡ ਸਟੇਟਸ ਦੀ ਪੂਰੀ ਟੀਮਾਂ ਪੂਰੇ ਵਰਲਡ ਦੇ ਵਿੱਚ ਕੰਮ ਕਰ ਰਹੀਆਂ ਨੇ, ਭਾਵੇਂ ਕੋਈ ਵੀ ਕੰਟਰੀ ਹੋਏ, ਭਾਵੇਂ ਇੰਡੀਆ ਦੇ ਵਿੱਚ ਅਗਰ ਆਪਾਂ ਹੁਣ ਗੱਲ ਕਰਾਂਗੇ, ਇੰਡੀਆ ਦੇ ਵਿੱਚ ਅਸੀਂ ਜਿਹੜੀ ਸਾਰੀ ਮੈਕਸੀਮਮ ਸਾਰੀ ਸਟੇਟਸ ਨੂੰ ਕਵਰ ਕਰਕੇ ਸਾਡੀ ਟੀਮਸ ਕੰਮ ਕਰ ਰਹੀਆਂ ਨੇ ਯੂਨਾਈਟਿਡ ਸਟੇਟਸ ਦੀਆਂ। ਅਤੇ ਅਸੀਂ ਜਦੋਂ ਸਟਾਰਟਿੰਗ ਹੋਈ ਸੀ ਇਸ ਇੰਡੀਆ ਦੇ ਵਿੱਚ, ਕੁਛ ਸਟਾਰਟ ਦੇ ਵਿੱਚ ਕੇਸਿਸ ਕੁਛ ਮਿਲੇ ਸੀ ਜਦੋਂ, ਅਤੇ ਹਲੇ ਪ੍ਰੋਪਰ ਲੋਕਡਾਊਨ ਪੂਰਾ ਨਹੀਂ ਹੋਇਆ ਸੀ, ਉਸ ਤੋਂ ਤਦ ਅਸੀਂ ਸਾਡੀ ਟੀਮਸ ਯੂਨਾਈਟਿਡ ਸਟੇਟਸ ਦੀ ਲੱਗੀਆਂ। ਪਹਿਲਾਂ ਅਸੀਂ ਇੱਕ ਅਵੇਅਰਨੈਸ ਡਰਾਈਵ ਚਲਾਈ ਯੂਨਾਈਟਿਡ ਸਟੇਟਸ ਦੀ ਤਰਫੋਂ, ਜਿਹਦੇ ਵਿੱਚ ਅਸੀਂ ਸ਼ਹਿਰ ਸ਼ਹਿਰ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ, ਅਸੀਂ ਹਰੇਕ ਰਿਲੀਜੀਅਸ ਇੰਸਟੀਟਿਊਸ਼ਨ ਦੇ ਵਿੱਚ, ਭਾਵੇਂ ਉਹ ਮਸਜਿਦ ਹੋਵੇ, ਮੰਦਿਰ ਹੋਣ, ਚਰਚਿਸ ਤੱਕ, ਗੁਰਦੁਆਰਿਆਂ ਤੱਕ, ਅਸੀਂ ਸਾਰਿਆਂ ਕੋਲ ਸ਼ਹਿਰਾਂ ਦੇ ਵਿੱਚ ਹਰੇਕ ਗੁਰਦੁਆਰੇ, ਮੰਦਿਰ, ਮਸਜਿਦ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਪੋਸਟਰਸ ਲਗਾਏ ਅਵੇਅਰਨੈਸ ਦੇ, ਅਤੇ ਲੋਕਾਂ ਨੂੰ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਕਿੱਦਾਂ ਆਪਣੇ ਆਪ ਨੂੰ ਬਚਾ ਸਕਦੇ ਹੋ, ਸੋਸ਼ਲ ਡਿਸਟੈਂਸ ਕਿੱਦਾਂ ਮੇਨਟੇਨ ਕਰਨਾ ਹੈ, ਸੈਨੇਟਾਈਜ਼ਰਸ ਵੀ ਅਸੀਂ ਵੰਡੇ ਸਟਾਰਟਿੰਗ ਦੇ ਵਿੱਚ। ਅਤੇ ਜਦੋਂ ਉਸ ਤੋਂ ਬਾਅਦ ਜਦੋਂ ਲੋਕਡਾਊਨ ਹੋ ਗਿਆ, ਕਿਉਂਕਿ ਲੋਕਡਾਊਨ ਅਚਾਨਕ ਹੋਇਆ, ਪਹਿਲਾਂ ਇੱਕ ਦਿਨ ਦਾ ਲੋਕਡਾਊਨ ਸੀ, ਉਸ ਤੋਂ ਬਾਅਦ ਸਿੱਧਾ ਉਸੇ ਦਿਨ ਅਨਾਊਂਸ ਹੋਇਆ ਕਿ ਹੁਣ 21 ਡੇਜ਼ ਦਾ ਲੋਕਡਾਊਨ ਹੈ, ਤਾਂ ਉਸ ਟਾਈਮ ਫਿਰ ਅਸੀਂ ਕਈ ਜਿਹੜੇ ਪ੍ਰਵਾਸੀ ਲੋਕ ਸੀ, ਜਿਵੇਂ ਤੁਸੀਂ ਕਹਿ ਰਹੇ ਹੋ ਯੂਪੀ ਬਿਹਾਰ ਦੇ ਜਾਂ ਲੇਬਰ ਕਲਾਸ ਜਿੰਨੇ ਵੀ ਸੀ, ਉਹ ਪੈਦਲ ਤੁਰ ਪਏ ਆਪਣੇ ਘਰਾਂ ਨੂੰ, ਕਿਉਂਕਿ ਟ੍ਰੇਨਸ ਵੀ ਇਕਦਮ ਬੰਦ ਹੋ ਗਈਆਂ, ਬੱਸਾਂ ਵੀ ਬੰਦ ਹੋ ਗਈਆਂ। ਅਤੇ ਉਸ ਟਾਈਮ ਰੋਡਸ ਦੇ ਵਿੱਚ ਇੰਨਾ ਰਸ਼ ਹੋ ਗਿਆ, ਅਤੇ 2-3 ਦਿਨ ਇਹ ਸਭ ਚੱਲਦਾ ਰਿਹਾ, ਅਤੇ 2-4 ਦਿਨ ਅਸੀਂ ਪੂਰਾ ਕੁੱਕ ਫੂਡ ਬਣਾ ਬਣਾ ਕੇ ਲੰਗਰ ਸਾਰੀ ਜਗ੍ਹਾ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਇਆ, ਹਰ ਇੱਕ ਜਿੱਥੇ ਵੀ ਉਹਨਾਂ ਦੇ ਪੜਾਅ ਸੀਗੇ, ਅਤੇ ਉਹਨਾਂ ਨੂੰ ਵੀ ਨਾਲ ਨਾਲ ਉਹਨਾਂ ਨੂੰ ਵੀ ਐਜੂਕੇਟ ਕੀਤਾ ਕਿ ਤੁਸੀਂ ਆਪਣਾ ਆਪਣਾ ਬਚਾਅ ਕਿੱਦਾਂ ਕਰੋਗੇ, ਤੁਸੀਂ ਘਰ ਜਾ ਕੇ ਨਹੀਂ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਸੋਸ਼ਲ ਡਿਸਟੈਂਸ ਬੇਸਿਕਲੀ ਮੇਨਟੇਨ ਕਰਨਾ ਇਹਦੇ ਵਿੱਚ ਜ਼ਰੂਰੀ ਹੈਗਾ। ਅਤੇ ਉਸ ਤੋਂ ਬਾਅਦ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਲੋਕਾਂ ਕੋਲ ਹੁਣ ਰਾਸ਼ਨ ਖਤਮ ਹੋ ਗਿਆ, ਅਤੇ ਅਸੀਂ ਸੁੱਕੇ ਰਾਸ਼ਨ ਦੇ ਕਿੱਟਸ ਬਣਾ ਬਣਾ ਕੇ ਅਸੀਂ, ਤਾਂ ਕਿ ਜਿਹਨਾਂ ਕੋਲ ਬਣਾਉਣ ਦਾ ਸਾਧਨ ਹੈਗਾ ਝੁੱਗੀਆਂ ਦੇ ਵਿੱਚ, ਝੋਪੜੀਆਂ ਦੇ ਵਿੱਚ, ਅਸੀਂ ਉਹਨਾਂ ਨੂੰ ਸੁੱਕਾ ਰਾਸ਼ਨ ਪਹੁੰਚਾਇਆ, ਤਾਂ ਕਿ ਉਹਨਾਂ ਦਾ ਹਫ਼ਤਾ 10 ਦਿਨ ਐਟਲੀਸਟ ਨਿਕਲ ਜਾਏ, ਜਾਂ 15 ਦਿਨ ਨਿਕਲ ਜਾਣਾ ਛੋਟੀ ਫੈਮਿਲੀ ਹੈ ਤਾਂ। ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਣੇ ਆਪਣੇ ਜਿਸ ਵਿੱਚ ਮੈਂ ਤੁਹਾਨੂੰ ਇੱਕ ਕੁਐਸਚਨ ਇੱਥੇ ਜ਼ਰੂਰ ਕਰਨਾ ਚਾਹੂੰਗਾ, ਸੋਰੀ ਮੈਂ ਤੁਹਾਨੂੰ ਰੋਕਣਾ ਚਾਹੁੰਦਾ, ਤੁਹਾਨੂੰ ਕੀ ਕਰਫਿਊ ਪਾਸ ਮਿਲੇ ਹੋਏ ਨੇ ਇਸ ਵੇਲੇ ਤੁਹਾਡੀ ਸੰਸਥਾ ਨੂੰ? ਜੀ ਜੀ, ਯੂਨਾਈਟਿਡ ਸਟੇਟਸ ਨੂੰ ਹਰੇਕ ਸਟੇਟ ਦੇ ਵਿੱਚ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਕਰਫਿਊ ਪਾਸਿਸ ਤੇ ਅਸੈਂਸ਼ੀਅਲ ਆਪਣਾ ਜਿਹੜੇ ਮੂਵਮੈਂਟ ਵਾਸਤੇ ਜਿਹੜੇ ਪਾਸੇ ਸਾਨੂੰ ਗੱਡੀਆਂ ਦੇ ਵੀ ਮਿਲੇ ਹੋਏ, ਹਰੇਕ ਸਾਡੇ ਵਲੰਟੀਅਰਸ ਦੇ ਆਈਡੀ ਕਾਰਡਸ ਵੀ ਮਿਲੇ ਹੋਏ ਆ, ਤੇ ਉਹਦੇ ਨਾਲ ਹੀ ਆਪਾਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰ ਰਹੇ ਤੇ ਬਿਲਕੁਲ ਤੁਸੀਂ ਜਿਹੜੇ ਉਹ ਸੂਤਰਧਾਰ ਜਿਹੜੇ ਬਣ ਸਕਦੇ ਹੋ ਮੇਰੇ ਸਾਹਮਣੇ, ਕਿਉਂਕਿ ਅਗਰ ਤੁਹਾਡੇ ਕੋਲ ਪਾਸਿਸ ਹੈਗੇ ਨੇ, ਤੁਹਾਡੇ ਕੋਲ ਵਹੀਕਲਸ ਨੇ, ਤੁਹਾਡੇ ਕੋਲ ਰਿਸੋਰਸਿਸ ਵੀ ਹੈਗੇ ਨੇ, ਸੋ ਆਈ ਥਿੰਕ ਤੁਹਾਨੂੰ ਵੀ ਇੱਕ ਐਫਰਟ ਕਰਨਾ ਚਾਹੀਦਾ ਕਿ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਦੇ ਲੋਕ ਹੈਗੇ ਨੇ, ਟਰੱਕ ਡਰਾਈਵਰ ਨੇ ਖਾਸ ਤੌਰ 'ਤੇ, ਉਹਨਾਂ ਨੂੰ ਜਿਹੜਾ ਅਪਰੋਚ ਕੀਤੀ ਜਾਵੇ, ਆਪ ਵੀ ਉੱਧਰ ਨੂੰ ਜਾਇਆ ਜਾਵੇ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਇਹ ਬੇਸਿਕਲੀ ਪੁਆਇੰਟਸ ਹੁੰਦੇ ਨੇ ਕਿੱਥੇ ਕਿੱਥੇ ਉਹ ਰੁਕਦੇ ਨੇ, ਕਿੱਥੇ ਕਿੱਥੇ ਸਾਹ ਲੈਂਦੇ ਨੇ, ਕਿੱਥੇ ਉਹਨਾਂ ਦਾ ਰੈਸਟ ਪੁਆਇੰਟ ਹੈਗਾ, ਤਾਂ ਜੋ ਉਹਨਾਂ ਨੂੰ ਜਿਹੜਾ ਉੱਥੇ ਜਿਹੜਾ ਰਾਸ਼ਨ ਪੁਆਇਆ ਜਾਵੇ, ਘੱਟ ਤੋਂ ਘੱਟ ਇਹ ਨਾ ਹੋਵੇ ਕਿ ਕਿਸੇ ਦੀ ਉਹ ਆਪਣੇ ਆਪ ਨਾਲ ਨੁਕਸਾਨ ਕਰ ਪੈਣ, ਜਾਂ ਕਿਸੇ ਵੀ ਤਰੀਕੇ ਦਾ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਨ ਜਿੱਥੇ ਉਹ ਆਪਣਾ ਆਪਾ ਖੋ ਬੈਠਣ। ਆਈ ਥਿੰਕ ਅੱਜ ਇਸ ਚੀਜ਼ ਦੀ ਸਭ ਤੋਂ ਵੱਧ ਲੋੜ ਹੈਗੀ ਹੈ। ਜੀ ਜੀ, ਐਕਚੁਅਲੀ ਇਹ ਟਰੱਕ ਡਰਾਈਵਰਸ ਵਾਲੀ ਜਿਹੜੀ ਪ੍ਰੋਬਲਮ ਹੈ ਉਹ ਜ਼ਿਆਦਾਤਰ ਬਾਰਡਰਸ 'ਤੇ ਹੀ ਆ ਰਹੀ ਹੈ, ਕਿਉਂਕਿ ਸਟੇਟ ਬਾਰਡਰ ਜਿੱਥੇ ਵੀ ਹੈਗੇ, ਹਰੇਕ ਇੱਕ ਸਟੇਟ ਤੋਂ ਦੂਜੀ ਸਟੇਟ ਐਂਟਰ ਨਹੀਂ ਕਰ ਪਾ ਰਹੇ, ਅਤੇ ਹਰੇਕ ਬਾਰਡਰਸ 'ਤੇ ਉਹਨਾਂ ਨੇ ਇੱਦਾਂ ਦੀ ਪਾਰਕਿੰਗਸ ਕੁਛ ਬਣੀਆਂ ਹੋਈਆਂ ਜਿੱਥੇ ਕਿ ਉਹਨਾਂ ਨੇ ਟਰੱਕ ਡਰਾਈਵਰਸ ਨੂੰ ਆਪਣੇ ਟਰੱਕਸ ਖੜ੍ਹੇ ਕੀਤੇ ਹੋਏ ਆ। ਜਿਵੇਂ ਆਪਾਂ ਯੂਪੀ ਬਾਰਡਰ ਦੀ ਗੱਲ ਕਰੀਏ, ਦਿੱਲੀ ਯੂਪੀ ਦੀ, ਉੱਥੇ 50-50 ਟਰੱਕਾਂ ਦੀ ਪਾਰਕਿੰਗ ਹੈਗੀ, ਪੰਜ ਪਾਰਕਿੰਗਸ ਹੈਗੀਆਂ ਇੱਦਾਂ ਦੀਆਂ, ਅਤੇ 250 ਉੱਥੇ ਟਰੱਕ ਡਰਾਈਵਰ ਹੈਗਾ, ਅਸੀਂ ਆਪ ਜਾ ਕੇ ਦੇਖ ਕੇ ਆਏ ਹਾਂ ਉੱਥੇ, ਅਤੇ ਉੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ ਸਾਡੀ, ਰਾਜਸਥਾਨ ਬਾਰਡਰ 'ਤੇ ਵੀ ਚੱਲ ਰਹੀ ਹੈ। ਹੁਣ ਗੁਜਰਾਤ ਬਾਰਡਰ ਦਾ ਅਸੀਂ ਪਤਾ ਕਰ ਰਹੇ ਹਾਂ ਕਿਹੜੇ ਬਾਰਡਰ ਸੀਗਾ ਉਹ, ਕਿਹੜੇ ਸਟੇਟ ਦਾ ਬਾਰਡਰ ਹੈ ਗੁਜਰਾਤ ਦੇ ਨਾਲ ਜਿਹੜਾ ਲੱਗਦਾ ਜਿੱਥੇ ਉਹ ਫਸੇ ਹੋਏ ਆ, ਉਹ ਵੀ ਅਸੀਂ ਉੱਥੇ ਪਹੁੰਚਾਵਾਂਗੇ। ਅਤੇ
ਦੂਸਰਾ ਜਿਹੜਾ ਇੱਕ ਆਪਣੀ ਜਿਹੜੀ ਗੱਲ ਚੱਲ ਰਹੀ ਸੀ ਉਹਦੇ ਵਿੱਚ ਇਹ ਸੀਗਾ ਕਿ ਆਪਾਂ ਸੁੱਕਾ ਰਾਸ਼ਨ ਜਿਹੜਾ ਪਹੁੰਚਾਇਆ, ਹੁਣ ਆਪਾਂ ਇੱਕ ਚੀਜ਼ ਮੈਂ ਹੋਰ ਇੱਥੇ ਸ਼ੇਅਰ ਕਰਨਾ ਚਾਹਾਂਗਾ, ਤੁਹਾਡਾ ਕੁਐਸਚਨ ਵੀ ਸੀਗਾ ਸਾਰੀ ਜਨਤਾ ਨੂੰ ਇਹਦਾ, ਕਿ ਜਿਹੜੇ ਕਿ ਆਪਾਂ ਵੀਡੀਓਜ਼ ਦੇਖ ਰਹੇ ਹਾਂ ਕਿ ਜਿਹਦੇ ਵਿੱਚ ਕਿ ਸੁੱਕਾ ਰਾਸ਼ਨ ਜਿਹੜਾ ਹੈ ਕਿ ਲੋਕੀ ਸਟਾਕ ਕਰ ਰਹੇ ਹੈ ਅਤੇ ਆਪਣਾ ਇੱਦਾਂ ਦੀ ਕਾਫ਼ੀ ਵੀਡੀਓਜ਼ ਆ ਰਹੀਆਂ ਨੇ, ਜਿਹੜਾ ਪੱਕਿਆ ਹੋਇਆ ਰਾਸ਼ਨ ਉਹ ਵੀ ਸਿੱਟ ਰਹੇ ਨੇ ਆਪਣੇ ਚੋਇਸ ਦੇ ਨਾਲ ਖਾ ਰਹੇ ਨੇ, ਇੱਦਾਂ ਦੇ ਕਾਫ਼ੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਨੇ। ਅਤੇ ਅਸੀਂ ਕਿਉਂਕਿ ਗਰਾਊਂਡ 'ਤੇ ਕੰਮ ਕਰ ਰਹੇ ਹਾਂ, ਸਾਨੂੰ ਐਕਚੁਅਲ ਪੋਜੀਸ਼ਨ ਦਾ ਪਤਾ ਹੈ ਉੱਥੇ ਕਿ ਕੀ ਹੋ ਰਿਹਾ ਐਕਚੁਅਲੀ। ਐਕਚੁਅਲੀ ਠੀਕ ਹੈ, ਕੁਛ ਪਰਿਵਾਰ ਇੱਦਾਂ ਦਾ ਹੋਣਗੇ ਜਿਹਨਾਂ ਕੋਲ ਮਲਟੀਪਲ ਸੰਸਥਾਵਾਂ ਤੋਂ ਐਡਮਿਨਿਸਟ੍ਰੇਸ਼ਨ ਤੋਂ ਉਹਨਾਂ ਕੋਲ ਰਾਸ਼ਨ ਪਹੁੰਚ ਰਿਹਾ, ਲੇਕਿਨ ਇਹ ਵੀਡੀਓਜ਼ ਦੇਖ ਕੇ ਅਗਰ ਅਸੀਂ ਆਪਣਾ ਕੰਮ ਰੋਕ ਦਈਏ, ਉਹਨਾਂ ਨੂੰ ਸੁੱਕਾ ਰਾਸ਼ਨ ਦੇਣਾ ਬੰਦ ਕਰ ਦਈਏ, ਉਹ ਸਹੀ ਨਹੀਂ ਹੈ। ਕਿਉਂਕਿ ਅਗਰ ਇੱਕ ਬੰਦੇ ਨੂੰ ਚਾਰ ਵਾਰ ਪਹੁੰਚ ਵੀ ਗਿਆ, ਲੇਕਿਨ ਉਹਦੇ ਕਾਰਨ ਹਜ਼ਾਰ ਹੋਰ ਵੀ ਜਿਹੜੇ ਗੈਸਟ ਜੁੜੇ ਹੋਏ ਨੇ, ਆਪਾਂ ਉਹਨਾਂ ਨੂੰ ਵੀ ਜਿਹੜਾ ਐਡ ਆਨ ਜ਼ਰੂਰ ਕਰਨਾ ਜੀ। ਬਿਲਕੁਲ, ਇਹ ਆਪਣੇ ਆਪ 'ਚ ਜਿਹੜਾ ਸਭ ਤੋਂ ਵੱਡਾ ਸਵਾਲ ਹੈਗਾ ਕਿ ਆਪਾਂ ਇਸ ਤਰੀਕੇ ਨਾਲ ਜਿਹੜਾ ਹਾਲਾਤ ਜਿਹੜੇ ਬਣੇ ਹੋਏ ਨੇ ਉਹਦੇ 'ਚ ਮਦਦ ਕਿਸ ਤਰ੍ਹਾਂ ਕਰਨੀ, ਕਿਉਂਕਿ ਕਰਫਿਊ ਜਿਹੜਾ ਇਹ ਲੋਕਡਾਊਨ ਕੀਤਾ ਜਾ ਰਿਹਾ ਭਾਰਤ ਦੇ ਵਿੱਚ, ਇਹ ਅਪ੍ਰੈਲ 14 ਜਾਂ 15 ਨੂੰ ਖਤਮ ਨਹੀਂ ਹੋਣਾ, ਕਿਉਂਕਿ ਹੁਣ ਜਿਸ ਤਰੀਕੇ ਨਾਲ ਸੰਕੇਤ ਆ ਰਹੇ ਨੇ ਇਹ ਮਈ ਦੇ ਮਹੀਨੇ ਤੱਕ ਜਿਹੜਾ ਉਹ ਜਾ ਸਕਦਾ, ਜਿਹੜਾ ਕਿ ਆਪਣੇ ਆਪ 'ਚ ਹੋਰ ਮੁਸੀਬਤਾਂ ਜਿਹੜੀਆਂ ਇਹਨਾਂ ਲੋਕਾਂ ਦੇ ਵਾਸਤੇ ਲੈ ਕੇ ਆਵੇਗਾ। ਸਾਡੇ ਨਾਲ ਸ਼ਮਸ਼ੇਰ ਬੱਗਾ ਜੀ ਇਸ ਵੇਲੇ ਕਹਿੰਦੇ ਨੇ ਕਿ ਮਨਰੇਗਾ ਕਰਮਚਾਰੀ ਜਿਹੜੇ ਹੈਗੇ ਨੇ, ਕਣਕ ਵੰਡਣ ਦਾ ਕੰਮ ਜਿਹੜਾ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਜੇ ਮਨਰੇਗਾ ਵਾਲਿਆਂ ਨੂੰ ਤੁਸੀਂ ਪੈਸੇ ਦੇਣੇ ਨੇ, ਜਿਹੜੇ ਸਰਕਾਰ ਦੇ ਇੱਕ ਪਲਾਨ ਹੁੰਦਾ ਕਿ ਤੁਸੀਂ ਉਹਨਾਂ ਨੂੰ ਜਿਹੜੀਆਂ ਦਿਹਾੜੀਆਂ ਦੇਣੀਆਂ ਹੁੰਦੀਆਂ ਨੇ ਲਾਜ਼ਮੀ ਨੇ, ਤਾਂ ਉਹਨਾਂ ਨੂੰ ਜਿਹੜਾ ਕੰਮ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇੱਕ ਵਧੀਆ ਉਹਨਾਂ ਦੀ ਚੇਨ ਹੈਗੀ ਹੈ ਉਹ ਤੁਹਾਡੇ ਵਾਸਤੇ ਜਿਹੜਾ ਉੱਥੇ ਕੰਮ ਕਰ ਸਕਦੇ ਨੇ, ਇੱਕ ਚੰਗਾ ਸੁਝਾਅ ਜਿਹੜਾ ਇਹ ਵੀ ਹੈਗਾ। ਅਤੇ ਆਪਾਂ ਐਡਮਿੰਟਨ ਦੇ ਵਿੱਚ ਜਿਹੜਾ ਵਾਪਸ ਜਾਂਦੇ ਹਾਂ, ਐਡਮਿੰਟਨ ਦੇ ਵਿੱਚ ਉਹਨਾਂ ਨੂੰ ਹੋਰ ਜਿਹੜੇ ਉੱਥੇ ਜ਼ਰੂਰ ਸਵਾਲ ਆਪਾਂ ਕਰਾਂਗੇ। ਜਿਸ ਤਰੀਕੇ ਨਾਲ ਭਾਈ ਸਾਹਿਬ, ਖਾਸ ਤੌਰ 'ਤੇ ਆਪਾਂ ਗੁਲਜ਼ਾਰ ਸਿੰਘ ਜੀ, ਮੈਂ ਤੁਹਾਨੂੰ ਵੀ ਪੁੱਛਦਾ, ਦੁਨੀਆ ਭਰ ਦੇ ਵਿੱਚ ਇੱਕ ਆਪਾਂ ਤਸਵੀਰ ਪੇਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਦੇ ਸਿੱਖ ਜਿਹੜੇ ਨੇ ਉਹ ਲਗਾਤਾਰ ਲੰਗਰ ਲਾ ਕੇ ਹਰੇਕ ਦੀ ਭੁੱਖ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਕੋਈ ਅਸੀਂ ਕਿਸੇ ਦੇ ਕਹਿ ਸਕਦੇ ਕਿ ਬਹੁਤ ਵੱਡਾ ਕੋਈ ਕੰਮ ਨਹੀਂ ਕਰ ਰਹੇ, ਇਹ ਸਾਡਾ ਧਰਮ ਦੇ ਵਿੱਚ ਹੈ, ਇਹ ਸਾਡੀ ਡਿਊਟੀ ਹੈ, ਅਸੀਂ ਆਪਣੀ ਡਿਊਟੀ ਨੂੰ ਨਿਭਾ ਰਹੇ ਹਾਂ। ਪਰ ਜਦੋਂ ਤੁਸੀਂ ਇੱਥੇ ਸੁਣਦੇ ਹੋ ਕਿ ਸਾਡੇ ਪੰਜਾਬੀਆਂ ਦੇ ਨਾਲ ਹੀ ਵਿਤਕਰਾ ਹੁੰਦਾ ਜਦੋਂ ਪੰਜਾਬ ਤੋਂ ਬਾਹਰ ਚਲੇ ਜਾਂਦੇ ਨੇ, ਅਤੇ ਤੁਹਾਨੂੰ ਕੀ ਲੱਗਦਾ ਕਿ ਉੱਥੇ ਫੇਲੀਅਰ ਜਿਹੜਾ ਉਹ ਸਾਡੀਆਂ ਸਰਕਾਰਾਂ ਦੀ ਹੈਗੀ ਹੈ, ਜਾਂ ਅਸੀਂ ਆਪਣੇ ਤੌਰ 'ਤੇ ਮੈਸੇਜ ਜਿਹੜਾ ਉਹ ਕਨਵੇ ਨਹੀਂ ਕਰ ਪਾਏ? ਵੀਰ ਜੀ, ਇਹ ਜਿਹੜੀ ਗੱਲ ਹੈ ਨਾ, ਦੇਖੋ ਅਸੀਂ ਆਪਣਾ ਕਰਮ ਨਹੀਂ ਛੱਡਣਾ, ਸਿੱਖ ਦਾ ਕਰਮ ਸੇਵਾ ਕਰਨਾ, ਅਸੀਂ ਆਪਣਾ ਕਰਮ ਨਹੀਂ ਛੱਡਣਾ, ਬਾਕੀ ਉਹ ਜੋ ਕਰਦਾ ਕੋਈ ਕਰਦਾ ਉਹਦੀ ਮਰਜ਼ੀ ਹੈ। ਇਹ ਜ਼ਿੰਮੇਵਾਰੀ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ ਦੀ ਹੈ ਜਾਂ ਇੱਥੇ ਦੇ ਪ੍ਰਸ਼ਾਸਨ ਦੀ ਡਿਊਟੀ ਹੈ ਉੱਥੇ ਦੇ ਮੁੱਖ ਮੰਤਰੀਆਂ ਨਾਲ ਸਲਾਹ ਕਰਨ। ਬਾਕੀ ਮੈਂ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਵੀ ਪਾਇਆ ਸੀ ਵੀ ਜੇ ਕਿਸੇ ਵੀਰ ਨੂੰ ਗੁਜਰਾਤ 'ਚ ਸਪੈਸ਼ਲੀ ਫਸਿਆ, ਜਿਵੇਂ ਗੁਜਰਾਤ ਵਾਲੇ ਵੀਰਾਂ ਦਾ ਮੈਸੇਜ ਆਇਆ ਸੀ, ਅਸੀਂ ਉੱਥੇ ਉਹਨਾਂ ਲਈ ਹਰ ਤਰ੍ਹਾਂ ਦਾ ਇੰਤਜ਼ਾਮ ਕਰਾਂਗੇ। ਸਾਡਾ ਛੋਟਾ ਵੀਰ ਉੱਥੇ ਬਹੁਤ ਵੱਡੇ ਪੱਧਰ 'ਤੇ ਸੇਵਾ ਕਰ ਰਿਹਾ ਹੈ। ਇਸ ਕਰਕੇ ਸਰਕਾਰਾਂ ਦਾ ਫਰਜ਼ ਬਣਦਾ ਜਾਂ ਜਿਹੜੀਆਂ ਸੰਸਥਾਵਾਂ ਨੇ, ਅਸੀਂ ਸਿੱਖੀ ਦਾ ਕੰਮ ਨਹੀਂ ਬੰਦ ਕਰਨਾ, ਅਸੀਂ ਆਪਣੀ ਸੇਵਾ ਇਸੇ ਤਰ੍ਹਾਂ ਜਾਰੀ ਰੱਖਣੀ ਹੈ, ਕਿਉਂਕਿ ਇਹ ਗੁਰੂ ਰਾਮਦਾਸ ਦਾ ਹੁਕਮ ਹੈ। ਗੁਰੂ ਰਾਮਦਾਸ ਦੇ ਹੁਕਮ ਰਾਹੀਂ ਅਸੀਂ ਇਹ ਸਾਰਾ ਜੋ ਸੇਵਾ ਹੈ ਗੁਰੂ ਰਾਮਦਾਸ ਆਪ ਕਰਵਾ ਰਹੇ ਹਾਂ। ਇਹ ਬਿਲਕੁਲ ਬਹੁਤ ਵਧੀਆ ਹੈਗਾ ਜੀ, ਜਿਹੜੇ ਗੁਰੂ ਰਾਮਦਾਸ ਨੇ ਸਾਨੂੰ ਜਿਸ ਤਰੀਕੇ ਨਾਲ ਇੱਕ ਸਿੱਖਿਆ ਦਿੱਤੀ ਹੋਈ ਹੈ, ਗੁਰੂ ਨਾਨਕ ਦੇ ਵੱਲੋਂ ਜਿਹੜੀ ਲੰਗਰ ਦੀ ਪ੍ਰਥਾ ਚਲਾਈ ਹੈ, ਭਾਵੇਂ ਮੀਂਹ ਆਵੇ, ਭਾਵੇਂ ਹਨੇਰੀ ਆਵੇ, ਭਾਵੇਂ ਦੁੱਖ ਹੈ, ਭਾਵੇਂ ਸੁੱਖ ਹੈ, ਇਹ ਪ੍ਰਥਾ ਜਿਹੜੀ ਇਸੇ ਤਰੀਕੇ ਨਾਲ ਜਿਹੜੀ ਉਹ ਚੱਲਦੀ ਰਹਿਣੀ ਚਾਹੀਦੀ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਅਸੀਂ ਵੇਖ ਰਹੇ ਹਾਂ, ਇਸ ਵੇਲੇ ਸ਼ਾਮ ਵੇਲੇ ਜਿਹੜੇ ਨੇ, ਜਿਹੜੇ ਵੀ ਸਟਰੀਟ 'ਤੇ ਅਸੀਂ ਲੋਕ ਵੇਖ ਰਹੇ ਹਾਂ, ਸਟਰੀਟ ਦੇ ਉੱਤੇ ਵੀ ਲੰਗਰ ਜਿਹੜਾ ਤੁਹਾਡੇ ਕੋਲ ਲੈਣ ਆ ਰਹੇ ਨੇ, ਸੋ ਇੱਥੇ ਕਿ ਲੋਕਾਂ ਨੂੰ ਦੱਸਿਆ ਹੋਇਆ ਕਿ ਜਿਹੜੇ ਮਰਜ਼ੀ ਤੁਸੀਂ ਆ ਕੇ ਲੰਗਰ ਲੈ ਕੇ ਲੈਣ ਵਾਸਤੇ ਆ ਸਕਦੇ ਹੋ, ਜਾਂ ਕੋਈ ਪਾਰਟੀਕੁਲਰ ਟਾਈਮਸ ਹੈਗੇ ਨੇ ਇੱਥੇ ਲੰਗਰ ਦੇ ਜਿਹੜੇ ਚੱਲ ਰਿਹਾ ਇਸ ਵੇਲੇ? 22 ਦਿਨ ਤੋਂ ਅਸੀਂ ਉੱਥੇ ਜਾ ਰਹੇ ਹਾਂ, ਉਹ ਲੋਕਾਂ ਨੂੰ ਪਤਾ, ਉਹਨਾਂ ਨੂੰ ਸਾਡੀ ਗੱਡੀ ਦੀ ਪਛਾਣ ਹੈ, ਹਾਬੋ ਕਿਸ ਟਾਈਮ ਅਸੀਂ ਜਾਂਦੇ ਹਾਂ, ਫਰੈਸ਼ ਫੂਡ ਦਿੰਦੇ ਹਾਂ, ਉਹਨਾਂ ਦੇ ਪਸੰਦ ਦਾ ਲੰਗਰ ਹੈ, ਉਹ ਆਪਣੇ ਆਪ ਸਾਡੀ ਉਡੀਕ ਕਰਦੇ ਹੁੰਦੇ ਨੇ। ਅੱਜ ਵੀਰ ਜੀ ਨੂੰ ਪੁੱਛਿਓ, ਜਦੋਂ ਅਸੀਂ ਖੜੇ ਉਸ ਤੋਂ ਪਹਿਲਾਂ ਉਹ ਲਾਈਨ ਲਗਾ ਕੇ ਪ੍ਰੋਪਰ ਖੜੇ ਸੀ ਉੱਥੇ। ਇੱਕ ਜਿਹੜੀ ਹੋਰ ਜ਼ਰੂਰੀ ਬੇਨਤੀ ਹੈ, ਮੈਂ ਤੁਹਾਨੂੰ ਇਹ ਕਰਨੀ ਚਾਹੁੰਦਾ, ਜਿਹੜੇ ਪੰਜਾਬ ਮੇਰੇ ਭੈਣਾਂ ਅਤੇ ਵੀਰ ਨੇ ਜਿਨ੍ਹਾਂ ਦੇ ਬੱਚੇ ਐਡਮਿੰਟਨ 'ਚ ਨੇ, ਜੇ ਉਹ ਕਿਸੇ ਵੀ ਕਿਸਮ ਦਾ ਮਨ 'ਚ ਤੌਖਲਾ ਨਾ ਰੱਖਣ, ਉਹਨਾਂ ਨੂੰ ਕਿਸੇ ਵੀ ਕਿਸਮ ਦੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ, ਔਕੜ ਨਹੀਂ ਆਉਣ ਦਿੱਤੀ ਜਾਵੇਗੀ, ਉਹ ਸਾਡੇ ਬੱਚੇ ਨੇ। ਜੇ ਬੱਚੇ ਕੋਈ ਸੰਗਦੇ ਨੇ, ਮੇਰੇ ਵੀਰ ਅਤੇ ਭੈਣਾਂ, ਸਾਡੇ ਫੋਨ ਨੰਬਰ ਪਏ ਨੇ ਸਾਰੇ,
ਉਹ ਸਾਨੂੰ ਸੰਪਰਕ ਕਰ ਸਕਦੇ ਨੇ, ਅਸੀਂ ਘਰੇ ਜਾ ਕੇ ਸਾਡੇ ਬੱਚਿਆਂ ਦੀ ਆਪ ਮਦਦ ਕਰਾਂਗੇ। ਉਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ, ਉਹ ਸਾਡਾ ਫਰਜ਼ ਹੈ। ਪੰਜਾਬ 'ਚ ਰਹਿਣ ਵਾਲੇ ਸਾਰੇ ਭੈਣ ਅਤੇ ਵੀਰ ਜਿਨ੍ਹਾਂ ਦੇ ਬੱਚੇ ਐਡਮਿੰਟਨ 'ਚ ਜਾਂ ਨੇੜੇ ਤੇੜੇ ਏਰੀਆ 'ਚ ਨੇ, ਕੈਲਗਰੀ ਜਿਹੜੇ ਮਰਜ਼ੀ ਏਰੀਏ 'ਚ ਹੋਣ, ਸਾਡੇ ਸਾਰੀ ਜਗ੍ਹਾ ਸਾਡੇ ਸੰਪਰਕ ਨੇ, ਅਸੀਂ ਉੱਥੇ ਹਰ ਜਗ੍ਹਾ ਹੈਲਪ ਕਰਾਂਗੇ। ਅਤੇ ਦੂਜੀ ਬੇਨਤੀ ਮੈਂ ਇਹ ਕਰਨਾ, ਜਿਹੜੇ ਅਸੀਂ ਲੰਗਰਾਂ ਦੀ ਸੇਵਾ ਕਰ ਰਹੇ ਹਾਂ, ਇਹ ਗੁਰੂ ਕੇ ਲੰਗਰ ਨੇ, ਇਹ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਚੱਲਦੇ ਨੇ। ਕੋਈ ਇਕੱਲਾ ਬੰਦਾ ਐਡਾ ਵੱਡਾ ਕਾਰਜ ਨਹੀਂ ਕਰ ਸਕਦਾ। ਸਾਡੇ ਇੱਥੇ ਵੱਡਾ ਸਹਿਯੋਗ ਕੀਤਾ ਸੇਵਾ ਔਨ ਫੂਡ 23/24 ਸਟੇਟ 'ਤੇ, ਉਹਨਾਂ ਨੇ ਸਾਨੂੰ ਬਹੁਤ ਵੱਡਾ, ਹਾਲਾਂਕਿ ਗੋਰਾ ਮੈਨੇਜਰ ਹੈ ਉਹਨਾਂ ਦਾ, ਪਰ ਉਹ ਬੜਾ ਪ੍ਰਭਾਵਿਤ ਹੈ ਸਾਡੀਆਂ ਸੇਵਾਵਾਂ ਤੋਂ। ਉਹਨਾਂ ਨੇ ਸਾਨੂੰ ਬਹੁਤ ਵੱਡਾ ਡਿਸਕਾਊਂਟ ਦਿੱਤਾ। ਅਤੇ ਦੂਜੀ ਗੱਲ, ਇੱਥੇ ਆਲ ਇੰਡੀਆ ਸੁਪਰ ਮਾਰਕੀਟ ਖਹਿਰਾ ਬ੍ਰਦਰਸ ਨੇ, ਉਹਨਾਂ ਨੇ ਸਾਨੂੰ ਫ੍ਰੀ ਔਫ ਜਿੰਨਾ ਮਰਜ਼ੀ ਦਾਲਾਂ ਅਤੇ ਬਿਸਕੁਟ ਸਾਨੂੰ ਕਿਹਾ ਵੀ ਤੁਸੀਂ ਲਿਜਾ ਸਕਦੇ ਹੋ। ਇੱਥੇ ਮੇਰਾ ਵੀਰ ਗਮਦੂਰ ਬਰਾੜ ਹੈ, ਉਹਨਾਂ ਨੇ ਸਾਨੂੰ ਬਹੁਤ ਵੱਡੀ ਪੱਧਰ 'ਤੇ ਸਹਾਇਤਾ ਦਿੱਤੀ ਹੈ। ਮੇਰੀ ਕਾਰਯੋਗ ਭੈਣ ਜਸ ਲੌਂਗੋਵਾਲ ਨੇ ਬਹੁਤ, ਅਤੇ ਹੋਰ ਬਹੁਤ ਵੱਡੇ ਸ਼ਹਿਰ ਦੇ ਕਾਰੋਬਾਰੀ ਸਾਡੀ ਮਦਦ ਕਰ ਰਹੇ ਨੇ। ਇਹ ਸਾਰਾ ਗੁਰੂ ਦੀਆਂ ਸੇਵਾਵਾਂ ਨੇ। ਇਹ ਹੁਣ ਮੈਂ ਬੇਨਤੀ ਕਰਦਾ, ਮੇਰੇ ਨਾਲ ਹਰ ਰੋਜ਼ ਜਾਂਦੇ ਨੇ ਢਿੱਲੋ ਸਾਹਿਬ ਜਿਨ੍ਹਾਂ ਨੇ ਉਪਰਾਲਾ ਕੀਤਾ, ਢਿੱਲੋ ਬੇਕਰੀ ਵਾਲਿਆਂ ਨੇ ਹਰ ਰੋਜ਼ ਫਰੈਸ਼ ਫੂਡ ਲੈ ਕੇ ਜਾਣ ਦਾ, ਉਹ ਵੀ ਕੁਛ ਜਾਣਕਾਰੀ ਤੁਹਾਨੂੰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਜੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਚੜ੍ਹਦੀ ਕਲਾ ਟੀਵੀ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦੀ ਹੈ ਕਿ ਜਿਨ੍ਹਾਂ ਨੇ ਇਸ ਮੰਚ 'ਤੇ ਲਿਆ ਕੇ ਇਹ ਸੁਨੇਹਾ ਜਿਹੜਾ ਕਿ ਅਸੀਂ ਸਮੁੱਚੀ ਦੁਨੀਆ ਵਿੱਚ ਪਹੁੰਚਾਉਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਸਮੱਸਿਆ ਆ ਰਹੀਆਂ ਟਰੱਕ ਡਰਾਈਵਰ ਨੂੰ ਨਹੀਂ ਪਛਾਣਿਆ, ਜੇ ਸਾਡੀ ਪਛਾਣ ਐਸੀ ਹੋਵੇ ਪੂਰੇ ਵਰਲਡ ਦੇ ਵਿੱਚ ਕਿ ਸਾਹਮਣੇ ਲੋਕ ਚੱਲ ਕੇ ਆਉਣ ਕਿ ਉਹ ਸਿੱਖ ਆ ਰਿਹਾ, ਗੁਰੂ ਕਾ ਸਿੱਖ ਆ ਰਿਹਾ, ਜਿਹੜਾ ਕਿ ਹਰ ਜਗ੍ਹਾ ਸਭ ਤੋਂ ਪਹਿਲਾਂ ਤਤਪਰਕ ਹੋ ਕੇ ਸੇਵਾ ਬਖਸ਼ਦਾ ਹੈ। ਇਸ ਕੌਮ ਦੇ ਨਾਲ ਉਹਨਾਂ ਨੂੰ ਇੰਨੀ ਕੁ ਹਮਦਰਦੀ ਹੋਣੀ ਚਾਹੀਦੀ ਹੈ ਕਿ ਪਾਣੀ ਦੀ ਸਮੱਸਿਆ, ਉਹ ਪਾਣੀ ਭਰ ਭਰ ਸਾਡੇ ਕੋਲ ਲਿਆਉਣ। ਇਹ ਕਾਰਾ ਸਾਨੂੰ ਆਪ ਚੱਕਣਾ ਪਏਗਾ। ਉਸੇ ਕਰਕੇ ਇਹ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਅੱਜ ਵਕਤ ਦਿਖਾਇਆ, ਇਸ ਵਕਤ 'ਤੇ ਸਾਡੇ ਕੋਲ ਇਹ ਮੌਕਾ ਹੈ ਕਿ ਅਸੀਂ ਪੂਰੇ ਵਿਸ਼ਵ ਦੇ ਵਿੱਚ ਆਪਣੀ ਸਿੱਖ ਕੌਮ ਨੂੰ, ਸਿੱਖ ਭਾਈਚਾਰੇ ਨੂੰ ਹਰ ਜਗ੍ਹਾ ਦੇ ਵਿੱਚ ਹਾਈਲਾਈਟ ਕਰੀਏ, ਦਿਖਾਈਏ ਕਿ ਨਹੀਂ, ਇਹ ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਇਹ ਸਿੱਖ ਕੌਮ ਇਹ ਗੁਰੂ ਮਹਾਰਾਜ ਦੀ ਦਿੱਤੀ ਹੋਈ ਐਸੀ ਕੌਮ ਹੈ ਜਿਹੜੀ ਚੜ੍ਹਦੀ ਕਲਾ ਦੀ ਕੌਮ ਹੈ ਕਿ ਹਮੇਸ਼ਾ ਜਿੱਥੇ ਜਿਸ ਸਮੇਂ ਵੀ ਵਕਤ ਪਏਗਾ ਇਸ ਅੱਗੇ ਆਏਗੀ ਅਤੇ ਕਰੇਗੀ। ਇਹ ਅੱਜ ਤੋਂ ਨਹੀਂ, ਪਿਛਲੇ 500 ਸਾਲਾਂ ਤੋਂ ਦੇਖਿਆ ਆ ਰਿਹਾ। ਅਤੇ ਮੈਂ ਅੱਗੇ ਵੀ ਬੇਨਤੀ ਕਰਾਂਗੇ, ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਮੀਡੀਆ ਦਾ ਜਿਹਦੇ ਰਾਹੀਂ ਇਹ ਸੁਨੇਹਾ ਸਾਰਿਆਂ ਨੂੰ ਪਹੁੰਚ ਰਿਹਾ। ਬਿਆਲਾ ਜੀ, ਇੱਥੇ ਮੈਂ ਇੱਕ ਗੱਲ ਜੋੜਨੀ ਚਾਹਾਂਗਾ। ਢਿੱਲੋਂ ਸਾਹਿਬ ਦਾ ਜਿਹੜਾ ਪਰਿਵਾਰ ਹੈ, ਬਿਆਲਾ ਜੀ ਮੈਂ ਮਾਫ਼ੀ ਚਾਹਾਂਗਾ ਵਿੱਚ ਰੋਕਿਆ, ਢਿੱਲੋਂ ਸਾਹਿਬ ਦਾ ਜਿਹੜਾ ਪਰਿਵਾਰ ਪਿੱਛੇ ਗੁਜਰਾਤ ਦੇ ਵਿੱਚ ਹੈ, ਉਹਨਾਂ ਨੇ ਵੀ ਉੱਥੇ ਖੁੱਲ੍ਹੇ ਲੰਗਰ ਲਗਾਏ ਹੋਏ ਨੇ ਜੀ। ਅਤੇ ਮੈਂ ਚਾਹਾਂਗਾ ਵੀ ਢਿੱਲੋਂ ਸਾਹਿਬ ਉਹਨਾਂ ਲੰਗਰਾਂ ਬਾਰੇ ਵੀ ਜਾਣਕਾਰੀ ਦੇਣ ਦੀ, ਉਹ ਕਿਵੇਂ ਉੱਥੇ ਚੱਲ ਰਹੇ ਨੇ, ਕਿਸ ਢੰਗ ਨਾਲ ਇਹ ਸੇਵਾਵਾਂ ਉੱਥੇ ਕਰ ਰਹੇ ਨੇ। ਹਾਂਜੀ ਵੀਰ ਜੀ, ਮੇਰੇ ਭਾਈ ਸਾਹਿਬ ਛੋਟੇ ਬ੍ਰਦਰ ਗੁਰਪ੍ਰੀਤ ਸਿੰਘ ਢਿੱਲੋਂ, ਉਹ ਗਾਂਧੀ ਨਗਰ ਗੁਜਰਾਤ, ਰਾਜਧਾਨੀ ਔਫ ਗੁਜਰਾਤ ਤੋਂ, ਜਿੰਨੇ ਵੀ ਸਾਡੇ ਲੋੜਵੰਦ, ਉਹ ਇਹ ਨਹੀਂ ਦੇਖ ਰਹੇ ਕੌਣ ਸਿੱਖ ਹੈ ਕੌਣ ਕਿੱਧਰ ਨੇ, ਜਿੰਨੇ ਵੀ ਰੋਡ ਸਾਈਡ, ਜਿੰਨੇ ਵੀ ਜਿੱਥੇ ਵੀ ਜਿਹਨੂੰ ਲੋੜ ਹੈ ਉਹ ਦੱਸਦੇ ਨੇ ਅਤੇ ਉੱਥੇ ਪਹੁੰਚਾ ਕੇ ਰਸਦ ਆਉਂਦੇ ਨੇ। ਕੱਲ੍ਹ ਤੱਕ ਉਹਨਾਂ ਨੇ 21,000 ਪੈਕੇਟ ਜਿਹਦੇ ਵਿੱਚ ਕਿ ਆਟਾ, ਦਾਲ, ਸੁੱਕੀਆਂ ਦਾਲਾਂ, ਮਸਾਲੇ ਅਤੇ ਸਬਜ਼ੀਆਂ ਪਾ ਕੇ ਇਹ 21,000 ਪੈਕੇਟ ਕੱਲ੍ਹ ਤੱਕ ਵੰਡਤਾ ਸੀ। ਮੈਂ ਫਿਰ ਵੀ ਮਾਫ਼ੀ ਦਾ ਜਾਚਕ ਹੈ, ਗੁਰਪ੍ਰੀਤ ਗੁਪਤ ਕਰਨਾ ਗੁਪਤੀ ਰੱਖਣਾ ਚਾਹੁੰਦੇ ਸੀ, ਪਰ ਭਾਈ ਸਾਹਿਬ ਨੇ ਅਰਜ਼ ਕੀਤੀ, ਅਸੀਂ ਅੱਜ ਮੀਡੀਆ ਤੁਹਾਡੇ ਅੱਗੇ ਗੱਲ ਕਰ ਰਹੇ ਹਾਂ। ਪਰ ਗਾਂਧੀ ਨਗਰ ਜਾਂ ਗੁਜਰਾਤ ਦੇ ਇਲਾਕੇ 'ਚ ਕਿਤੇ ਵੀ ਕੋਈ ਸਮੱਸਿਆ ਆਉਂਦੀ, ਜਿੱਦਾਂ ਪਾਣੀ ਦੀ ਤੁਸੀਂ ਦੱਸੀ ਹੈ, ਗੁਜਰਾਤ ਦੇ ਵਿੱਚ ਭਰੂਚ ਹਾਈਵੇ ਦੇ ਉੱਤੇ ਆ, ਹਾਈਵੇ ਦੇ ਉੱਤੇ ਆਪਣੇ ਸਿੱਖਾਂ ਦੇ ਬਹੁਤ ਜ਼ਿਆਦਾ ਜਿਹੜੀ ਟਰਾਂਸਪੋਰਟਸ ਹੈਗੀਆਂ, ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਕਿਸੇ ਵੀ ਗੁਰਦੁਆਰੇ ਜਾ ਸਕਦੇ ਨੇ, ਉੱਥੇ 50-50 ਟਰੱਕਾਂ ਦੀ ਸਟੋਪੇਜ ਵੀ ਹੈਗੀ ਹੈ। ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਗੁਜਰਾਤ ਦੇ ਵਿੱਚ ਐਸੀ ਸਮੱਸਿਆ ਆ ਸਕਦੀ ਹੈ। ਜੇ ਕੋਈ ਹੋਈ ਵੀ ਹੈ ਤਾਂ ਸਮੇਂ ਨੂੰ ਸੋਚਦੇ ਹੋਏ ਕਿ ਸਮੇਂ ਐਸਾ ਚੱਲ ਰਿਹਾ, ਹਰ ਕੋਈ ਘਬਰਾਇਆ ਹੋਇਆ, ਪਰ ਇਹ ਥੋੜ੍ਹੀ ਜਿਹੀ ਸਮਝਦਾਰੀ ਦੀ ਲੋੜ ਹੈ, ਥੋੜ੍ਹੀ ਜਿਹੀ ਗਿਆਨ ਦੀ ਲੋੜ ਹੈ। ਹੌਲੀ ਹੌਲੀ ਦੇਖ ਲਓ, ਪੰਜਾਬ 'ਚ ਵੀ ਘਟਨਾਵਾਂ ਵਾਪਰ ਰਹੀਆਂ ਹੈ ਕਿ ਸਗੇ ਪੁੱਤ ਮਾਵਾਂ ਦੀਆਂ ਲਾਸ਼ਾਂ ਨੂੰ ਛੱਡ ਕੇ ਜਾ ਰਹੇ ਨੇ ਕਿ ਅੰਤਿਮ ਸੰਸਕਾਰ ਨਹੀਂ ਕਰਨਾ, ਅਸੀਂ ਤਾਂ ਫਿਰ ਦੂਜੇ ਸਟੇਟਾਂ ਦੀ ਗੱਲ ਕਰ ਰਹੇ ਹਾਂ। ਅਤੇ ਮੈਂ ਇਹ ਕਹਾਂਗਾ, ਇਹ ਸਿਰਫ ਅਤੇ ਸਿਰਫ ਸੋਚ ਹੈ, ਇਹ ਸੋਚ ਬਦਲਣ ਲਈ ਮੀਡੀਆ ਬਹੁਤ ਅੱਗੇ ਹੈ, ਔਰ ਮੈਂ ਮੀਡੀਆ ਦਾ ਬੜਾ ਧੰਨਵਾਦੀ ਹਾਂ। ਪਰ ਗੁਜਰਾਤ ਸਟੇਟ ਦੇ ਵਿੱਚ ਕਿਸੇ ਵੀ ਚੀਜ਼ ਦੀ ਲੋੜ ਹੈ, ਜਿੱਦਾਂ ਭਾਅ ਜੀ ਉਹਨਾਂ ਨੇ ਨੰਬਰ ਸ਼ੇਅਰ ਕੀਤਾ ਹੋਇਆ, ਤੁਸੀਂ ਪਲੀਜ਼ ਫੋਨ ਕਰ ਸਕਦੇ ਹੋ। ਗਾਂਧੀ ਨਗਰ ਦੇ ਵਿੱਚ ਗੁਰਦੁਆਰਾ ਗਾਂਧੀ ਨਗਰ 24 ਘੰਟੇ ਖੁੱਲ੍ਹਾ ਹੋਇਆ, ਭਰੂਚ ਖੁੱਲ੍ਹਿਆ ਹੋਇਆ, ਅੰਕਲੇਸ਼ਵਰ ਖੁੱਲ੍ਹਿਆ ਹੋਇਆ, ਸੂਰਤ ਦੇ ਵਿੱਚ ਖੁੱਲ੍ਹਿਆ ਹੋਇਆ, ਔਰ ਕਾਫ਼ੀ ਵੱਡੇ ਪੱਧਰ 'ਤੇ ਉੱਥੇ ਸੇਵਾ ਚੱਲਦੀ ਹੈ।
ਤੇ ਮੈਂ ਕਿਸੇ ਵੀ ਕਿਸੇ ਵੀ ਵੀਰ ਕਿਸੇ ਵੀ ਤਰੀਕੇ ਦੀ ਮੇਰੇ ਖਿਆਲ 'ਚ ਗੁਜਰਾਤ 'ਚ ਜੋ ਮੈਂ ਬਚਪਨ 'ਚ ਰਿਹਾ ਮੈਨੂੰ ਪਤਾ ਉੱਥੇ ਐਸੀ ਸਮੱਸਿਆ ਨਹੀਂ ਆਏਗੀ ਅਤੇ ਆਪਣੇ ਵੀਰਾਂ ਦੀ ਬਹੁਤ ਚੜ੍ਹਦੀ ਕਲਾ ਦੀਆਂ ਟਰਾਂਸਪੋਰਟਾਂ ਹੈ ਅਤੇ ਤੁਸੀਂ ਨਾ ਘਬਰਾਏ ਬਿਨਾਂ ਦਸ਼ਮੇਸ਼ ਰੋਡ ਲਾਈਨ ਹੋ ਗਏ ਜਾਂ ਫਿਰ ਰਵਿੰਦਰਾ ਰੋਡ ਲਾਈਨ ਹੋ ਗਏ ਉਹਨਾਂ ਨੂੰ ਉਹਨਾਂ ਦੇ ਫੋਨ 'ਤੇ ਫੋਨ ਕਰ ਦਿਓ ਉਹ ਵੀ ਬਹੁਤ ਚੜ੍ਹਦੀ ਕਲਾ ਦੇ ਦੇਖ ਬਹੁਤ ਬਹੁਤ ਧੰਨਵਾਦ ਜੀ ਟਿਲਨ ਸਾਹਿਬ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਅੱਜ ਦੁੱਖ ਦੀ ਗੱਲ ਹੈ ਕਿ ਜਿਹੜੇ ਕੁੱਖ ਦੇ ਜੰਮੇ ਨੇ ਉਹ ਵੀ ਅੱਜ ਆਪਣੀਆਂ ਮਾਵਾਂ ਦੀਆਂ ਜਿਹੜੀਆਂ ਨੇ ਉਹ ਲਾਸ਼ਾਂ ਲੈਣ ਤੋਂ ਮਨ੍ਹਾ ਕਰ ਰਹੇ ਨੇ ਕਿਉਂਕਿ ਕੋਰੋਨਾ ਵਾਇਰਸ ਦਾ ਜਿਹੜਾ ਉਹ ਦਹਿਸ਼ਤ ਹੀ ਇੰਨੀ ਹੈਗੀ ਹੈ ਪਰ ਮੀਡੀਆ ਨੂੰ ਆਪਣੇ ਆਪ 'ਚ ਰੋਲ ਅਦਾ ਕਰਨਾ ਚਾਹੀਦਾ ਦਹਿਸ਼ਤ ਜਿਹੜੀ ਉਹ ਨਾ ਫੈਲਾਈ ਜਾਵੇ ਪਰ ਅਸੀਂ ਵੀ ਤੁਹਾਡੇ ਧੰਨਵਾਦੀ ਹਾਂ ਜਦੋਂ ਅੱਜ ਲੋਕ ਆਪਣੇ ਆਪ ਨੂੰ ਘਰਾਂ ਦੇ ਵਿੱਚ ਦੱਬ ਕੇ ਬੈਠੇ ਹੋਏ ਨੇ ਲਗਾਤਾਰ ਆਪਣੇ ਆਪ ਨੂੰ ਜਿਹੜਾ ਲੋਕਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਡਰੇ ਹੋਏ ਨੇ ਉੱਥੇ ਇਹ ਵੀ ਸਾਡੇ ਸੂਰਮੇ ਹੈਗੇ ਨੇ ਜਾਂਬਾਜ਼ ਸੂਰਮੇ ਤੁਹਾਨੂੰ ਮੈਂ ਕਹਾਂਗਾ ਕਿ ਤੁਸੀਂ ਲਗਾਤਾਰ ਜਿਹੜੇ ਨੇ ਉਹ ਲੋਕਾਂ ਦੀ ਸੇਵਾ ਦੇ ਵਾਸਤੇ ਬਾਹਰ ਨਿਕਲ ਰਹੇ ਹੋ ਅਤੇ ਆਪਣੇ ਆਪ ਨੂੰ ਇਸ ਵੇਲੇ ਇਹ ਕਹਿ ਰਹੇ ਹੋ ਕਿ ਨਹੀਂ ਅੱਜ ਆਪਣੇ ਆਪ ਨੂੰ ਘਰ ਦੇ ਵਿੱਚ ਲੋਕ ਨਹੀਂ ਰੱਖਣਾ ਕਿਉਂਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਇਸ ਵੇਲੇ ਜਿਹੜੇ ਨੇ ਉਹ ਉਹਨਾਂ ਨੂੰ ਲੋੜ ਹੈ ਉਹਨਾਂ ਦੀ ਲੋੜ ਨੂੰ ਜਿਹੜਾ ਪੂਰਾ ਕਰਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਸ ਤਰੀਕੇ ਨਾਲ ਤੁਸੀਂ ਇਸ ਵੇਲੇ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਜ਼ਰੂਰ ਇੱਥੇ ਅਸੀਂ ਜ਼ਰੂਰ ਕਹਾਂਗੇ ਆਪਣੀ ਜਿਹੜੀ ਹੈ ਸੇਫਟੀ ਵੀ ਰੱਖੋ ਆਪਣੇ ਆਪ ਨੂੰ ਮਾਸਕ ਵੀ ਜਿਹੜਾ ਉਹ ਜ਼ਰੂਰ ਪਾਓ ਕਿਉਂਕਿ ਤੁਸੀਂ ਪਬਲਿਕ ਦੇ ਵਿੱਚ ਜਾ ਕੇ ਵਿਚਰ ਰਹੇ ਹੋ ਪਤਾ ਨਹੀਂ ਕੌਣ ਕਿਸ ਤਰੀਕੇ ਨਾਲ ਹੈਗਾ ਆਪਣੀ ਸੇਫਟੀ ਦਾ ਵੀ ਜਿਹੜਾ ਉਹ ਧਿਆਨ ਜ਼ਰੂਰ ਰੱਖੋ ਟਾਂਡਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਖਰੀ ਪਲਾਂ ਦੇ ਵਿੱਚ ਜਿਹੜਾ ਉਹ ਸਾਡੇ ਕੋਲ ਆਏ ਹੋ ਹਾਂਜੀ ਟਾਂਡਾ ਸਾਹਿਬ ਜਿਸ ਤਰੀਕੇ ਨਾਲ ਮੈਂ ਥੋੜ੍ਹੇ ਸ਼ਬਦਾਂ ਦੇ ਵਿੱਚ ਤੁਹਾਡੇ ਕੋਲ ਜਾਣਨਾ ਚਾਹਾਂਗਾ ਕੈਲੀਫੋਰਨੀਆ ਦੇ ਵਿੱਚ ਖਾਸ ਤੌਰ 'ਤੇ ਤੁਸੀਂ ਟਰੱਕ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਕਿਸ ਤਰੀਕੇ ਨਾਲ ਮਦਦ ਕਰ ਰਹੇ ਹੋ ਤਾਂ ਜੋ ਕਿਸੇ ਬਿਨਾਂ ਰੋਕ ਟੋਕ ਤੋਂ ਜਿਹੜਾ ਆਪਣੀ ਕਾਰਵਾਈ ਨੂੰ ਅੱਗੇ ਚਲਾਈ ਰੱਖਣ ਮਨੀਸ਼ ਜੀ ਪਹਿਲਾਂ ਤਾਂ ਤੁਹਾਡਾ ਅਤੇ ਤੁਹਾਡੇ ਸਾਰੀ ਟੀਮ ਦਾ ਔਰ ਚੜ੍ਹਦੀ ਕਲਾ ਦੇ ਜਿੰਨੇ ਵੀ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਜਿਹੜੇ ਦਰਸ਼ਕ ਹੈਗੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੇ ਨਾਲ ਜੁੜੇ ਹੋਏ ਹਨ ਔਰ ਦੂਸਰੀ ਗੱਲ ਇਹ ਹੈਗੀ ਕਿ ਦੇਖੋ ਇੱਕ ਤਾਂ ਸਾਡੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਅਸੀਂ ਬੇਰੋਕ ਸਰਵਿਸਿਜ਼ ਜਿਹੜੀਆਂ ਹੈਗੀਆਂ ਟਰੱਕਿੰਗ ਇੰਡਸਟਰੀ ਨੂੰ ਪੇਸ਼ ਕਰ ਰਹੇ ਹਾਂ ਚਾਹੇ ਉਹਨਾਂ ਦੇ ਕਿਸ ਤਰ੍ਹਾਂ ਲਾਇਸੈਂਸ ਨਾਲ ਸੰਬੰਧਿਤ ਹੋਣ ਜਾਂ ਉਹਨਾਂ ਦੇ ਕਿਸੇ ਪਰਮਿਟ ਨਾਲ ਸੰਬੰਧਿਤ ਹੋਣ ਤਾਂ ਕਿ ਉਹ ਰੋਡ ਦੇ ਉੱਤੇ ਕੰਪਲਾਇੰਟ ਹੋ ਕੇ ਚੱਲ ਸਕਣ ਅਸੀਂ ਇਹ ਸਾਰੀਆਂ ਸਰਵਿਸਿਜ਼ ਉਹਨਾਂ ਨੂੰ ਬਿਨਾਂ ਕਿਸੇ ਰੋਕ ਤੋਂ ਪਹੁੰਚਾ ਰਹੇ ਹਾਂ ਔਰ ਦੂਸਰੀ ਗੱਲ ਇਹ ਹੈ ਕਿ ਸਾਡੇ ਵੱਲੋਂ ਲੋਕਲੀ ਜਿਹੜਾ ਸਟਾਕਟਨ ਦਾ ਏਰੀਆ ਹੈਗਾ ਸਾਡਾ ਜਿਹਦੇ ਵਿੱਚ ਮੰਟੀਕਾ ਕ੍ਰੇਸੀ ਔਰ ਲੇਥਰੋਪ ਡਸਟੋ ਏਰੀਆ ਜਿਹੜਾ ਹੈਗਾ ਇਹ ਸਾਡੀ ਸਿਕਸ ਫਾਰ ਹਿਊਮੈਨਿਟੀ ਵੱਲੋਂ ਕਾਫੀ ਐਕਟਿਵਲੀ ਕੰਮ ਕੀਤੇ ਜਾ ਰਿਹਾ ਪਿਛਲੇ ਦਿਨਾਂ ਵਿੱਚ ਅਸੀਂ ਕਾਫੀ ਕੋਈ ਸੈਨੇਟਾਈਜ਼ਰ ਜਿਹੜੇ ਹੈਗੇ ਆ ਕੋਈ ਜਿੰਨੇ ਵੀ ਸਾਡੇ ਵਰਕਰ ਆ ਸੀ ਹਰ ਘਰ ਦੇ ਵਿੱਚ ਕੋਈ 50-100 ਸੈਨੇਟਾਈਜ਼ਰ ਜਿਹੜਾ ਰੱਖਿਆ ਔਰ ਸਪੈਸ਼ਲੀ ਉਹ ਟਰੱਕਰ ਵੀਰਾਂ ਵਾਸਤੇ ਰੱਖਿਆ ਜਿਹੜੇ ਟਰੱਕ ਵੀਰ ਇਸ ਲਈ ਵੀ ਟਰੱਕ ਚਲਾ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਦੇ ਕੋਲ ਇੱਕ ਸੈਨੇਟਾਈਜ਼ਰ ਵੀ ਆਪਣੀ ਸ਼ੀਸ਼ੀ ਹੋਵੇ ਅਸੀਂ ਉਹਨਾਂ ਨੂੰ ਮੇਕ ਸ਼ੋਰ ਕਰ ਰਹੇ ਹਾਂ ਔਰ ਉਹਨਾਂ ਦੇ ਕੋਲ ਮਾਸਕ ਹੋਵੇ ਕਾਫੀ ਬੀਬੀਆਂ ਜਿਹੜੀਆਂ ਹੈਗੀਆਂ ਇਸ ਏਰੀਆ ਦੇ ਵਿੱਚ ਮਾਸਕ ਘਰਾਂ ਦੇ ਵਿੱਚ ਆਪਣੀਆਂ ਮਸ਼ੀਨਾਂ ਉੱਤੇ ਬਣਾ ਰਹੀਆਂ ਔਰ ਉਹ ਜਿਹੜੇ ਮਾਸਕ ਹੈਗੇ ਆ ਜਥਾ ਸ਼ਕਤੀ ਅਸੀਂ ਇੱਕ ਤਾਂ ਜਿੰਨੇ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਨੂੰ ਪਹੁੰਚਾ ਰਹੇ ਹਾਂ ਸੈਨੇਟਾਈਜ਼ਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਅਸੀਂ 2 ਵਾਰ ਟ੍ਰੇਸੀ ਦੇ ਵਿੱਚ ਕਾਫੀ ਵੱਡਾ ਜੰਕਸ਼ਨ ਹੈਗਾ ਜਿੱਥੇ ਕਿ ਟਰੱਕਰ ਵੀਰ ਜਿਹੜੇ ਅਣ ਕੇ ਰੁਕਦੇ ਆ ਕੋਸਕੋ ਦੇ ਬੇ ਔਰ ਐਮਾਜ਼ਨ ਦੇ ਬਹੁਤ ਵੱਡੇ ਵੇਅਰ ਹਾਊਸ ਆ ਜਿੱਥੇ ਕਿ ਖਾਣ ਪੀਣ ਵਾਸਤੇ ਕੋਈ ਜਗ੍ਹਾ ਨਹੀਂ ਹੈ ਸਾਰੇ ਰੈਸਟੋਰੈਂਟ ਬੰਦ ਹੋ ਚੁੱਕੇ ਆ ਔਰ ਖਾਣ ਪੀਣ ਦੀਆਂ ਜਿਹੜੀਆਂ ਜਗ੍ਹਾ ਲਗਭਗ ਸਾਰੀਆਂ ਬੰਦ ਹੋਣ ਕਰਕੇ ਟਰੱਕਰ ਜਿਹੜੇ ਵੀਰ ਹੈਗੇ ਉਹਨਾਂ ਨੂੰ ਕਾਫੀ ਹੱਦ ਤੱਕ ਖਾਣੇ ਦੀ ਦੁਪਹਿਰ ਦੇ ਖਾਣੇ ਦੀ ਪ੍ਰੋਬਲਮ ਆਉਂਦੀ ਹੈ ਸੋ ਅਸੀਂ ਸਿਕਸ ਫਾਰ ਹਿਊਮੈਨਿਟੀ ਵੱਲੋਂ 2 ਵਾਰ ਕੋਸ਼ਿਸ਼ ਕੀਤੀ ਹੈ ਕਿ 150-150 ਬੰਦੇ ਨੂੰ ਅਸੀਂ ਉੱਥੇ ਖਾਣਾ ਪਹੁੰਚਾਇਆ ਜਸਮੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਤੁਹਾਨੂੰ ਅਸੀਂ ਇੱਥੇ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਇਸੇ ਤਰੀਕੇ ਜਿਹੜਾ ਉਹ ਮਾਨਵਤਾ ਦੀ ਜਿਹੜੀ ਹੈ ਸੇਵਾ ਕਰਦੇ ਰਹੋ ਤੁਹਾਡੀ ਸੰਸਥਾ ਜਿਹੜੀ ਹੈ ਯੂਨਾਈਟਿਡ ਸਿੱਖਸ ਉਹਨੇ ਦੁਨੀਆ ਭਰ ਦੇ ਵਿੱਚ ਇਸ ਲੋਕਾਈ ਦੀ ਸੇਵਾ ਦੇ ਲਈ ਜਿਹੜਾ ਉਹ ਨਮਾਣਾ ਖੱਟਿਆ ਤੇ ਅਸੀਂ ਜ਼ਰੂਰ ਬੇਨਤੀ ਕਰਾਂਗੇ ਤੁਹਾਨੂੰ ਇਸੇ ਤਰੀਕੇ ਤੁਸੀਂ ਜਿਹੜਾ ਲੋਕਾਈ ਦੀ ਸੇਵਾ ਕਰਦੇ ਰਹੋ ਤੇ ਨਾਲ ਹੀ ਨਾਲ ਮੈਂ ਦੋਸਤੋ ਇੱਥੇ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਮੇਰੇ ਪਿੱਛੇ ਜਿਹੜੀਆਂ ਤਸਵੀਰਾਂ ਵੇਖ ਰਹੇ ਹੋ ਇਹ ਦੁਨੀਆ ਭਰ ਤੋਂ ਇਕੱਠੀਆਂ ਕੀਤੀਆਂ ਗਈਆਂ ਤਸਵੀਰਾਂ ਨੇ ਜਿਸ ਦੇ ਵਿੱਚ ਲੋਕ ਜਿਹੜੇ ਨੇ ਆਪਣੇ ਆਪਣੇ ਵੱਲੋਂ ਜਿਹੜੇ ਨੇ ਜਿੱਥੇ ਵੀ ਉਹਨਾਂ ਕੋਲ ਉਪਰਾਲਾ ਹੋ ਸਕਦਾ ਜਿੱਥੇ ਵੀ ਉਹਨਾਂ ਦਾ ਸਰਦਾ ਹੈ ਜਾਂ ਜਿੱਥੇ ਵੀ ਉਹਨਾਂ ਕੋਲ ਕੋਸ਼ਿਸ਼ ਹੋ ਰਹੀ ਹੈ ਉਹ ਲਗਾਤਾਰ ਲੋਕਾਈ ਦੀ ਸੇਵਾ ਜਿਹੜੀ ਕਰ ਰਹੇ ਨੇ ਤੁਸੀਂ ਮੇਰੇ ਪਿੱਛੇ ਜ਼ਰੂਰ ਦੇਖਿਆ ਹੋਏਗਾ ਕਿ ਭਗਵੰਤ ਸਿੰਘ ਮਾਨ ਜਿਹੜੇ ਕਿ MP ਹੈਗੇ ਨੇ ਉਹ ਆਪਣੀ ਗੱਡੀ ਦੇ ਵਿੱਚ ਹੀ ਪ੍ਰਸ਼ਾਦੇ ਅਤੇ ਸਬਜ਼ੀ ਰੱਖ ਕੇ ਅਤੇ ਪਾਣੀ ਰੱਖ ਕੇ ਜਿੱਥੇ ਜਿੱਥੇ ਜਾ ਰਹੇ ਨੇ ਸੜਕਾਂ ਦੇ ਉੱਤੇ ਭਾਵੇਂ ਟਰੱਕ ਡਰਾਈਵਰ ਨੇ ਭਾਵੇਂ ਲੋਕ ਆਪਣੇ ਘਰਾਂ ਨੂੰ ਜਾ ਰਹੇ ਨੇ ਭਾਵੇਂ ਉਹ ਆੜਤੀ ਹੈ ਭਾਵੇਂ ਕੋਈ ਵੀ ਹੈ ਹਰੇਕ ਨੂੰ ਜਿਹੜਾ ਆਪਣੇ ਵੱਲੋਂ ਜਿਹੜਾ ਉਹ ਉੱਥੇ ਜਿਹੜੀ ਆ ਉਹ ਸਹੂਲਤ ਦੇ ਰਹੇ ਨੇ ਜਿਹੜੀ ਵੀ ਉਹਨਾਂ ਨੂੰ ਲੋੜ ਹੈ ਉਹ ਜਿਹੜੀ ਲੋੜ ਉੱਥੇ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਭਾਵੇਂ ਉਹ ਰਾਸ਼ਨ ਦੀ ਹੋਵੇ ਭਾਵੇਂ ਪਾਣੀ ਦੀ ਹੋਵੇ ਪਰ ਅਸੀਂ ਇੱਥੇ ਜ਼ਰੂਰ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਇੱਕ ਟੈਲੀਫੋਨ ਚੁੱਕੋ
ਵੱਖ-ਵੱਖ ਸਟੇਟਾਂ ਨੂੰ ਫੋਨ ਕਰੋ ਅਤੇ ਵੱਖ-ਵੱਖ ਸਟੇਟਾਂ ਨੂੰ ਬੇਨਤੀ ਕਰੋ ਕਿ ਜਿੱਥੇ ਪੰਜਾਬੀ ਇਸ ਵੇਲੇ ਫਸੇ ਹੋਏ ਨੇ ਉਹਨਾਂ ਪੰਜਾਬੀਆਂ ਦਾ ਵੀ ਮਦਦ ਕੀਤੀ ਜਾਵੇ, ਉਹਨਾਂ ਨੂੰ ਵੀ ਰਾਸ਼ਨ ਪਾਣੀ ਜਿਹੜਾ ਮੁਹੱਈਆ ਕਰਾਇਆ ਜਾਵੇ ਤਾਂ ਜੋ ਜਿਹੜੇ ਪੰਜਾਬੀ ਨੇ ਉਹ ਵੀ ਮਾਣ ਕਰ ਸਕਣ ਕਿ ਅਸੀਂ ਜੇ ਆਪਣੇ ਪੰਜਾਬ ਦੇ ਵਿੱਚ ਆਏ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਾਂ ਉਹਨਾਂ ਦਾ ਰੱਖ ਰਖਾਵ ਕਰਦੇ ਹਾਂ ਅਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਸਾਡਾ ਵੀ ਜਿਹੜਾ ਉਹ ਰੱਖ ਰਖਾਵ ਉਸੇ ਹੀ ਤਰੀਕੇ ਨਾਲ ਕੀਤਾ ਜਾਂਦਾ। ਸੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀਓ।